ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਦੀ ਬੁਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੀ ਛੋ ਨਾਲ ਸਾਜੀ ਨਵਾਜੀ ਤਰਤੀ ਆਪਣੇ ਨਾਮ ਦੇ ਅਨੁਸਾਰ ਸਾਰੇ ਪਾਸੇ ਆਨੰਦ ਵੰਡ ਰਹੀ ਸੀ ਸਤਕੁਰੂ ਜੀ ਦੇ ਚਰਨਾਂ ਵਿੱਚ ਲੋਕਾਂ ਦੇ ਡਰ ਭੈਣ ਨੂੰ ਲਾ ਕੇ ਹਾਕਮਾਂ ਦੇ ਡਰ ਭੈਣ ਨੂੰ ਲਾ ਕੇ ਰਾਜੇ ਮਹਾਰਾਜੇ ਵੀ ਗੁਰੂ ਚਰਨਾਂ ਵਿੱਚ ਆਉਂਦੇ ਨੇ ਅਤੇ ਕੀਮਤੀ ਭੇਟਾਵਾਂ ਸਤਕੁਰੂ ਜੀ ਦੇ ਚਰਨਾਂ ਵਿੱਚ ਅਰਪਣ ਕਰਦੇ ਨੇ ਇਹ ਆਪਾਂ ਵਿਚਾਰਦੇ ਸੀ ਇਹਦੇ ਵਿੱਚੋਂ ਰਾਜਾ ਰਤਨ ਰਾਏ ਉਹਦਾ ਥੋੜਾ ਜਿਹਾ ਮੈਂ ਇੱਕ ਪਿਸ਼ੋਕੜ ਤੁਹਾਡੇ ਨਾਲ ਸਾਂਝਾ ਕਰਕੇ ਤੇ ਅੱਜ ਦੀ ਗੱਲ ਆਪਾਂ ਸ਼ੁਰੂ ਕਰਨੀ ਯਾਦ ਰੱਖਿਓ ਜੀ ਇਹ ਰਾਜਾ ਰਾਮ ਸਿੰਘ ਦਾ ਹੀ ਪੁੱਤਰ ਹੈ ਇਹ ਰਾਜਾ ਰਾਮ ਸਿੰਘ ਇੱਕ ਵੱਖਰਾ ਹੈ ਇੱਕ ਜਿਹੜਾ ਮਿਰਜ਼ਾ ਜੈ ਸਿੰਘ ਦਾ ਪੁੱਤਰ ਹੈ ਰਾਜਾ ਰਾਮ ਸਿੰਘ ਉਹ ਇੱਕ ਵੱਖਰਾ ਹੈ ਉਲਝਣਾ ਨਹੀਂ ਜਾਈਏ ਏਸ਼ ਰਾਜਾ ਮਿਰਜ਼ਾ ਜੈ ਸਿੰਘ ਦੇ ਪੁੱਤਰ ਰਾਮ ਸਿੰਘ ਨਾਲ ਸਤਕੁਰਤੀ ਆਸਾਮ ਦੇ ਵਿੱਚ ਦੌਰੇ ਤੇ ਗਏ ਹੋਏ ਨੇ ਉਸ ਗਏ ਹੋਏ ਦੌਰੇ ਦੇ ਦਰਮਿਆਨ ਇੱਕ ਤ੍ਰਿਪਰੀ ਇਸ ਇਲਾਕੇ ਦਾ ਨਾਮ ਹੈ ਤੇ ਇਹਦੇ ਵਿੱਚ ਹੀ ਇਸ ਇਲਾਕੇ ਦੇ ਵਿੱਚ ਹੀ ਇਹ ਰਾਜਾ ਹੈ ਇਹ ਦਾ ਨਾਮ ਵੀ ਰਾਮ ਸਿਵਾ ਹੈ ਰਾਜਪੂਤਾਂ ਦੇ ਨਾਂ ਅੱਖਰ ਇਸ ਤਰ੍ਹਾਂ ਦੇ ਸਿੰਘ ਨਾਲ ਪਿੱਛੇ ਲੱਗ ਜੁੜਦੇ ਆ ਕਰਦੇ ਸਨ ਇਹਨੇ ਗੁਰੂ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਸਨ ਬੜਾ ਪ੍ਰਭਾਵਿਤ ਹੋਇਆ ਸੀ ਗੁਰੂ ਦੇ ਬੋਲਾਂ ਤੋਂ ਉਕਤਾਂ ਬਹੁਤ ਅਮੀਰੀ ਹੋਵੇ ਪਰ ਅਧਿਆਤਮਕ ਪੱਖ ਖਾਲੀ ਹੋਵੇ ਉਦੋਂ ਗੁਰੂ ਸਾਹਿਬਾਂ ਦੇ ਕੋਲ ਮਿਲ ਕੇ ਅਧਿਆਤਮਕ ਪੱਖ ਦੀ ਜਦੋਂ ਪੂਰਤੀ ਹੁੰਦੀ ਹੈ ਜਕੀਨ ਕਰਕੇ ਜਾਣੇ ਹੋ ਇਹਨਾਂ ਲੋਕਾਂ ਨੂੰ ਬੜਾ ਆਨੰਦ ਆਉਂਦਾ ਸੀ ਉਸ ਰਾਜਾ ਰਾਮਸਿਓ ਨੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਇੱਕ ਅਰਜ਼ੋਈ ਕੀਤੀ ਪਾਤਸ਼ਾਹ ਜੋ ਦੁਨੀਆ ਦੇ ਸੁਖ-ਸੂਲਤਾ ਨੇ ਉਹ ਸਾਰੀਆਂ ਹੀ ਨੇ ਰਾਜ ਭਾਗ ਹੈ ਬੜਾ ਸੁੱਖ ਹੈ ਹਰ ਇੱਕ ਪਾਸੇ ਬੜਾ ਆਨੰਦ ਹੈ ਪਰ ਸਾਡੇ ਘਰ ਔਲਾਦ ਨਹੀਂ ਹੈ ਤੁਸ ਕੀ ਕਿਰਪਾ ਕਰੋ ਕੋਈ ਰੱਬ ਕੇ ਅਰਦਾਸ ਬੇਨਤੀ ਗੁਰੂ ਤੇਗ ਬਹਾਦਰ ਸਾਹਿਬ ਨੇ ਬੜੀ ਪਿਆਰ ਨਾਲ ਮੁਸਕਰਾ ਕੇ ਜਵਾਬ ਦਿੱਤਾ ਕਿੰਨ ਲੱਗੇ ਰਾਮ ਸਿੰਘ ਰੱਬ ਨੂੰ ਚਾਹਿਆ ਤੇ ਜ਼ਰੂਰ ਪਾਗ ਲਾਏਗਾ ਇਹ ਗੱਲ ਚੇਤਾ ਰੱਖਿਓ ਕਈ ਵਾਰੀ ਸਬਰਾਂ ਦੇ ਫਲ ਬੜੇ ਮਿੱਠੇ ਹੁੰਦੇ ਨੇ ਸਾਡੇ ਕਰ ਵੀ ਔਲਾਦ ਬੜੀ ਧੀਰ ਨਾਲ ਹੋਈ ਸੀ। ਉਹਨਾਂ ਦਿਨਾਂ ਵਿੱਚ ਹੀ ਜੇ ਦਾਜੀ ਕੱਟਣਾ ਸੀ। ਤੇ ਰੱਬ ਦੇ ਘਰ ਅਰਦਾਸ ਕਰਨੀ, ਜੋਦੜੀ ਕਰਨੀ, ਉਹਦੇ ਦਰ ਤੋਂ ਮੰਗਣਾ ਇਹ ਮਨੁੱਖੀ ਸੁਭਾਅ ਕਰਨਾ ਚਾਹੀਦਾ ਹੈ। ਪਰ ਕਿ ਉਹ ਦਾਤਾ ਦਿੰਦਾ ਹੈ, ਇਹ ਉਹਦਾ ਸੁਭਾਅ ਹੈ। ਮਾਲਕ ਕਿਰਪਾ ਕਰਦਾ ਹੈ, ਰੱਬੀ ਭਾਣੇ ਵਿੱਚ ਆਨੰਦ ਮਿਲੇਗਾ। ਮਾਲਕ ਦੇ ਚਰਨਾਂ ਤੇ ਭਰੋਸਾ ਕੀਤਾ ਇੱਕ ਦਿਨ ਉਹ ਫਲ ਵੀ ਲੱਗਿਆ ਇਸ ਰਾਜਾ ਰਾਮ ਸਿੰਘ ਇਹਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਜੀ ਦਾ ਨਾਮ ਇਹਨੀ ਰਤਨ ਰਾਏ ਰੱਖਿਆ ਉਧਰ ਤਦਾ ਪਾਣਾ ਵਰਤੇ ਆ ਰਤਨ ਰਾਏ ਹਜੇ ਬਚਪਨ ਵਿੱਚ ਹੀ ਸੀ ਰਾਜਾ ਰਾਮ ਸਿੰਘ ਨੂੰ ਰੱਬੀ ਸੱਦਾ ਆ ਗਿਆ ਤੇ ਉਹ ਚਲੇ ਗਏ ਔਰ ਜਿਹੜੀ ਏਸ ਰਾਜਾ ਰਾਮ ਸਿੰਘ ਦੀ ਘਰਵਾਲੀ ਤੇ ਰਤਨ ਰਾਏ ਦੀ ਮਾਂ ਹੈ ਉਹ ਬੜੀ ਸਿਆਣੀ ਸੀ ਦਾਨੀ ਸੀ ਉਹਨੇ ਬਿਗੁਰਤੀ ਇੱਕ ਪਾਸੇ ਜਿਹਦੇ ਦਰਸ਼ਨ ਕੀਤੇ ਸਨ ਉਹਦੇ ਮਨ ਵਿੱਚ ਇੱਕ ਲਾਲਸਾ ਹੁੰਦੀ ਸੀ ਕਿ ਜਿਸ ਗੁਰੂ ਘਰ ਤੋਂ ਸਾਨੂੰ ਇਹ ਦਾਤ ਮਿਲੀ ਹੈ ਮੈਂ ਉਸ ਗੁਰੂ ਘਰ ਦੇ ਨਾਲ ਆਪਣੇ ਬੱਚੇ ਦਾ ਇੱਕ ਗਹਿਰਾ ਰਿਸ਼ਤਾ ਜੋੜਦੇ ਆਂ ਇਹ ਕੁਦਰਤੀ ਗੱਲ ਐ ਵੀ ਪਤੀ ਚੜਾਈ ਕਰ ਗਿਆ ਅੱਖਾਂ ਦੇ ਸਾਹਮਣੇ ਇੱਕੋ ਇੱਕ ਉਹ ਪਿਆਰੀ ਦਾਤ ਐ ਆਪਣਾ ਪੁੱਤਰ ਰਤਨ ਰਾਏ ਮਾਂ ਨੇ ਨਿੱਕੇ ਹੁੰਦਿਆਂ ਤੋਂ ਜਿੰਨੀ ਕੁ ਸੂਝ-ਬੂਝ ਸੀ ਉਤਨੀ ਕੁ ਗੁਰਬਾਨੀ ਦੀ ਗੱਲ ਕਰਨੀ ਤੇ ਇਤਿਹਾਸ ਦੀਆਂ ਗੱਲਾਂ ਆਪਣੇ ਬੱਚੇ ਨੂੰ ਸਿਖਾਉਣੀਆਂ ਏਕਲ ਚੇਤਾ ਰੱਖਿਓ ਮੈਂ ਬੇਨਤੀ ਕਰਾਂ ਜਿਹੜੇ ਮਾਂ ਦੇ ਬੋਲ ਹੁੰਦੇ ਨੇ ਨਾ ਉਹ ਜੀਵਨ ਦੀ ਪੁਨਿਆਦ ਬਣਦੇ ਨੇ ਉਹਨਾਂ ਸ਼ਬਦਾਂ ਦੇ ਸਹਾਰੇ ਉਹਨੇ ਸੰਸਾਰ ਘੜਨਾ ਹੁੰਦਾ ਹੈ ਉਹਨਾਂ ਸ਼ਬਦਾਂ ਦੇ ਵਿੱਚੋਂ ਹੀ ਉਹਨੇ ਉਹ ਸ਼ਬਦ ਕਰਨੇ ਹੁੰਦੇ ਨੇ ਜਿਹੜੇ ਜੀ ساری ਜ਼ਿੰਦਗੀ 'ਚ ਕੰਮ ਆਉਂਦੇ ਨੇ ਮਾਂ ਨੇ ਬੜਾ ਪਿਆਰਾ ਫਰਜ਼ ਨਿਭਾਇਆ ਆਪਣੇ ਪੁੱਤਰ ਨੂੰ ਹਰ ਰੋਜ਼ ਗੁਰੂ ਘਰ ਦੀਆਂ ਕਥਾ ਕਹਾਣੀਆਂ ਸਿੱਖਿਆਵਾਂ ਉਹ ਸਾਰੀਆਂ ਸੁਣਾਉਣੀਆਂ ਅੰਦਰ ਇੱਕ ਭੁੱਖ ਜਾਗ ਪਈ ਕੁਰਬਾਨੀ ਦੇ ਇੱਕ ਵਚਨ ਆਪ ਬਹੁਤ ਵਾਰੀ ਵਿਚਾਰਦੇ ਆ ਮਨੁੱਖੀ ਸੁਭਾਅ ਦਾ ਬੜਾ ਪਿਆਰਾ ਜ਼ਿਕਰ ਕੀਤਾ ਸੁਣ ਸੁਣ ਨਾਮ ਤੇਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਉ ਜੇ ਤੁਸੀਂ ਕਿਸੇ ਚੀਜ਼ ਬਾਰੇ ਚੰਗੀ ਤਰ੍ਹਾਂ ਸੁਣਿਆ ਨਾ ਤਾਂ ਉਹਦੇ ਦੀਦਾਰਾਂ ਦੀ ਭੁੱਖ ਪੈਦਾ ਹੋ ਜਾਣੀ ਇਹ ਕੁਦਰਤ ਦਾ ਸੁਭਾਅ ਹੈ रतन राय ਦੇ ਅੰਦਰ ਵੀ ਇੱਕ ਭੁੱਖ ਪੈਦਾ ਹੋ ਗਈ ਮਾਂ ਕਿੰਨਾ ਚੰਗਾ ਹੋਵੇ ਜੇ ਆਪਾਂ ਕਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰੀਏ ਮਾਂ ਨੇ ਠੰਡਾ ਹੌਂਕਾ ਭਰਿਆ ਕਹਿ ਲੱਗੀ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੋਤਿਆਂ ਦੇ ਧਰਮ ਨੂੰ ਬਚਾਉਂਦਿਆਂ ਸ਼ਹਾਦਤ ਦਾ ਜੰਮ ਪੀ ਗਏ ਹਾਂ। ਉਹਾ ਜੋਤ ਤੇ ਜੁਗਤ ਦੇ ਮਾਲਕ ਗੋਪਿੰਦ ਰਾਏ ਜੀ ਐਸ ਵੇਲੇ ਤਖਤ ਤੇ ਨੇ। ਗੁਰੂ ਗੋਬਿੰਦ ਰਾਏ ਜੀ ਐਸ ਵੇਲੇ ਤਖਤ ਤੇ ਨੇ। ਆਪਾਂ ਉਹਨਾਂ ਦੇ ਦਰਸ਼ਨ ਕਰਨ ਚੱਲਾਂਗੇ। ਮਨ ਵਿੱਚ ਵਿਚਾਰ ਬਣਾ ਕੇ ਡੋਮੇ ਮਾਂ ਪੁੱਤ ਤੇ ਕੀਮਤੀ ਦਾਤਾਂ ਜਿਨ੍ਹਾਂ ਮੈਂ ਜ਼ਿਕਰ ਪਿੱਛੇ ਵੀ ਕਰ ਚੁੱਕਾ ਹਾਂ ਪੰਜ ਕਲਾ ਹਥਿਆਰ ਅਤੇ ਇੱਕ ਪ੍ਰਸਾਦੀ ਹਾਥੀ ਲੈ ਕੇ ਇਹ ਸਤਿਗੁਰੂ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਨ ਵਾਸਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਨੇ ਆਕੇ ਭੇਟਾ ਅਰਪਣ ਕੀਤੀਆਂ ਗੁਰੂ ਚਰਨਾਂ 'ਚ ਮੱਥਾ ਟੇਕਿਆ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਅਤੇ ਅਨੰਦਪੁਰ ਸਾਹਿਬ ਦੀ ਧਰਤੀ ਦਾ ਆਨੰਦ ਮਾਣਿਆ ਸੇਵਾ ਕੀਤੀ ਰੱਬੀ ਯਾਦ ਵਿੱਚ ਆਪਣੇ ਮਨ ਨੂੰ ਜੋੜਿਆ ਇਤੇ ਆਦਿਕ ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਕੇ ਵਾਪਸ ਪਰਤ ਗਏ ਜਿਹੜੀ ਬੇਨਤੀ ਕਰਨੀ ਚਾਹੁੰਦਾ ਉਹ ਵੀ ਗੁਰੂ ਘਰ ਦੇ ਵਿੱਚ ਮਿਲੇ ਕੋਈ ਪਿਆਰ ਤੇ ਨਿਕਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨਾਲ ਡਰ ਤੇ ਭੈ ਪੈਦਾ ਹੋਣ ਦੀ بجائے ਬਲਕੇ ਇੱਕ ਨਿਰਭਉ ਦਾ ਮਰਤਾਰਾ ਵਰਤਾ ਦਿੱਤਾ ਇੱਕ ਨਿਰਭਉ ਦਾ ਸਨੇਹਾ ਗਿਆ ਸਕੋ ਜਿਨ੍ਹਾਂ ਦੇ ਮਨਾਂ ਵਿੱਚ ਵੀ ਕੋਈ ਡਰ ਲੱਗਦਾ ਸੀ ਨਾ ਉਹ ਵੀ ਆਨੰਦਪੁਰ ਸਾਹਿਬ ਦਾ ਰਾਹ ਪਕੜ ਲੈਂਦੇ ਸਨ ਇਸ ਗੱਲ ਦਾ ਖਿਆਲ ਕਰਿਓ ਗੁਰੂ ਸਾਹਿਬ ਨੇ ਵੀ ਕਿਰਪਾ ਕੀਤੀ ਪਿੱਛੇ ਵੀ ਜ਼ਿਕਰ ਕਰ ਚੁੱਕਾ ਹਾਂ ਫਿਰ ਦੁਬਾਰੇ ਦੁਹਰਾਵਾਂ ਸਤਿਗੁਰੂ ਨੇ ਵੀ ਰਹਿਮਤ ਕੀਤੀ ਜਿਹੜਾ ਗੁਰੂ ਕਰਦਾ ਨਿਸ਼ਾਨ ਸਹਿਬ ਸੀ ਨਾ ਅੱਗੇ ਬਲਗਣ ਦੇ ਅੰਦਰ ਉਸ ਇਮਾਰਤ ਦੇ ਅਨੁਸਾਰ ਲਾਇਆ ਜਾਂਦਾ ਸੀ ਇਹ ਪਹਿਲੀ ਵਾਰੀ ਸੀ ਹੁਣ ਉਸ ਨੂੰ ਕੱਢ ਕੇ ਵਿਹੜੇ ਵਿੱਚ ਤੇ ਬੜਾ ਉੱਚਾ ਕਰਕੇ ਨਿਸ਼ਾਨ ਸਹਿਬ ਲਾਇਆ ਇਹ ਗੁਰੂ ਗੋਮਤ ਸਿੰਘ ਜੀ ਦੇ ਵੇਲੇ ਗੁਰੂ ਕੋਬਿੰਦ ਰਾਏ ਜੀ ਦੇ ਵੇਲੇ ਸ਼ੁਰੂ ਹੋਇਆ ਸੀ ਨਿਸ਼ਾਨ ਸਹਿਬ ਬਹੁਤ ਉੱਚਾ ਕਰਕੇ ਲਾਉਣਾ ਇਹ ਉੱਚ ਗਿਰਦੇ ਦੇ ਵਿੱਚੋਂ ਉਸ ਇਮਾਰਤ ਦੇ ਹਿਸਾਬ ਨਾਲ ਹੀ ਲਾਇਆ ਜਾਂਦਾ ਸੀ ਯਾਦ ਰੱਖਿਓ ਜੇ ਇਹ ਸਾਰੀ ਘਟਨਾ 1680 ਦੇ ਨੇੜੇ ਦੀ ਹੈ ਉਦੋਂ ਰਣਜੀਤ ਨਗਾਰਾ ਵੀ 1680 ਦੇ ਵਿੱਚ ਹਜ਼ੂਰ ਸਿੱਖ ਪਾਤਸ਼ਾਹ ਜੀ ਮਹਾਰਾਜ ਨੇ ਮੜਕੇ ਬਣਵਾਇਆ ਸੀ ਜਿਹੜਾ ਗੁਰੂ ਦੀਵਾਨਾ ਵਿੱਚ ਦੋਵੇਂ ਵਕਤ ਵੱਜਦਾ ਸੀ ਬਿਨਾਂ ਕਿਸੇ ਡਰ ਪੈ ਤੋਂ ਬਲਕਿ ਸੱਚ ਦਾ ਸਨੇਹਾ ਦਿੰਦਾ ਸੀ ਗੱਲ ਅੱਗੇ ਤੋਰੀਏ ਜ਼ਿਕਰ ਕਰਦਾ ਆ ਰਿਆਂ ਵੀ ਔਰੰਗਜ਼ੇਬ ਇੱਕ ਬੜੇ ਸਖਤ ਸੁਭਾਅ ਦਾ ਬੰਦਾ ਸੀ ਇਹਨੂੰ ਕੋਮਲਤਾ ਕੋਈ ਵੀ ਪਸੰਦ ਨਹੀਂ ਸੀ ਕਿਸੇ ਕਿਸਮ ਦੇ ਵਿੱਚ ਵੀ ਇਹਨੇ ਉਸ ਵੇਲੇ ਦੀਆਂ ਜਿੰਨੀਆਂ ਵੀ ਕਲਾਵਾਂ ਸਨ ਸੰਗੀਤ ਸੀ ਕਾਬ ਰੂਪ ਸੀ ਗੀਤ ਸਨ ਸਭ ਕੁਝ ਬੰਦ ਕਰ ਦਿੱਤੇ ਕਵੀਆਂ ਦੇ ਦਰਬਾਰ ਲੱਗਣੇ ਤੇ ਉਹਨਾਂ ਦੇ ਸੰਗੀਤ ਦੀਆਂ ਮਹਿਫਲਾਂ ਲੱਗਣੀਆਂ ਸੰਗੀਤ ਬਾਰੇ ਕੋਈ ਗੱਲ ਕਰਨੀ ਸਭ ਕੁਝ ਇਹਨੇ ਚੰਗੀ ਤਰ੍ਹਾਂ ਗळा ਕੋਟ ਦਿੱਤਾ ਰੱਖ ਕੇ ਹਰ ਕਲਾ ਦਾ ਹੁਣ ਬਹੁਤਾ ਤੇ ਇੱਕ ਵਰਗ ਹੈ ਸਭ ਹੀ ਸੀ ਜਿਹੜਾ ਆਪਣੀ ਇਸੇ ਕਲਾ ਦੇ ਸਿਰ ਤੇ ਰੋਟੀ ਖਾਂਦਾ ਸੀ ਉਹ ਜਿਹੜੇ ਕਲਾਕਾਰ ਹੁੰਦੇ ਨੇ ਤੁਸੀਂ ਆਪ ਜਾਂਦੇ ਹੋ ਇਸ ਕੱਲ ਨੂੰ ਉਹ ਤਾਂ ਇਸ ਕਲਾ ਦੇ ਸਿਰ ਤੇ ਰੋਟੀ ਖਾਂਦੇ ਨੇ ਨਾ ਕੋਈ ਕਵੀ ਹੈ ਕੋਈ ਸੰਗੀਤਕਾਰ ਹੈ ਕੋਈ ਕਿਸੇ ਕਿਸਮ ਦਾ ਗੀਤਕਾਰ ਹੈ ਕੋਈ ਗਾਇਕ ਹੈ ਆਖਰਕਾਰ ਇੱਕ ਬੜਾ ਵੱਡਾ ਘਰਾਣਾ ਹੁੰਦਾ ਹੈ ਜਿਹੜਾ ਵਿਰਸੇ ਨੂੰ ਕਲਚਰ ਨੂੰ ਸੰਭਾਲ ਕੇ ਰੱਖਦਾ ਹੈ ਇਹ ਵੀ ਕੰਗ ਹੈ ਤੇ ਇਹੋ ਜੇ ਸਾਰੇ ਲੋਕਾਂ ਦਾ ਗਲਾ ਘੋਟ ਦਿੱਤਾ ਗਿਆ ਹੋਣਾ ਇਹ ਲੋਕ ਵੀ ਇਹ ਸੋਚ ਕੇ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਜਾਇਆ ਕਿਸੇ ਦਾ ਧਰਮ ਬਚ ਸਕਦਾ ਹੈ ਤੇ ਸਾਨੂੰ ਲੱਗਦਾ ਵੀ ਅਗਰ ਸਾਡੀ ਕੋਈ ਕਲਾ ਜਿਉਂਦੀ ਰਹਿ ਸਕਦੀ ਹੈ ਬਚ ਸਕਦੀ ਹੈ ਤਾਂ ਉਹ ਧਰਤੀ ਆਨੰਦਪੁਰ ਸਾਹਿਬ ਦੀ ਹੈ ਇਸ ਲਈ ਬਹੁਤਾਤ ਕਵੀ ਬਹੁਤਾਤ ਕਲਾ ਨਾਲ ਪ੍ਰੇਮ ਕਰਨ ਵਾਲੇ ਵੱਖੋ ਵੱਖਰੇ ਖੇਤਰਾਂ ਦੇ ਲੋਕ आनंदपुर साहिब दी ਧਰਤੀ ਤੇ ਆ ਕੇ ਰਹਿਣ ਲੱਗ ਪਏ ਹਾਲੇ ਵੀ ਇਤਿਹਾਸ ਨੂੰ ਬਹੁਤ ਜ਼ਿਆਦਾ ਵਿਚਾਰਨ ਤੇ ਖੋਖਣ ਦੀ ਲੋੜ ਹੈ ਇਹਨਾਂ ਦੀ ਗਣਤੀ ਤੇ ਕਾਫੀ ਸੀ ਪਰ ਆਪਾਂ ਨੂੰ ਬਹੁਤੇ ਸਰੋਤ ਨਹੀਂ ਮਿਲ ਪਾਉਂਦੇ ਹਾਂ ਕੁਝ ਇੱਕ ਟੋਹਾਂ ਮਿਲਦੀਆਂ ਨੇ ਕੁਝ ਇੱਕ ਸਬੂਤ ਮਿਲਦੇ ਨੇ ਜਿਹਦੇ ਵਿੱਚੋਂ ਇੱਕ ਸਬੂਤ ਤੇ ਸੰਸਾਰ ਪਰ ਵਿੱਚ ਉੱਗਾ ਸਿੱਖ ਜਗਤ ਵਿੱਚ ਬੜੇ ਪਿਆਰ ਨਾਲ ਜਾਣਿਆ ਜਾਂਦਾ ਹੈ ਉਹ ਸੀ ਭਾਈ ਨੰਦ ਲਾਲ ਚਿਤਾਉਣਾ ਯਾਦ ਰੱਖਿਓ ਇਹਨਾਂ ਦੇ ਪਿਤਾ ਜੀ ਭਾਈ ਛੱਜੂ ਰਾਮ मुंशी ਛੱਜੂ ਮਲਵੀ ਲਿਖਿਆ ਤੇ ਉਹ ਖੁਦ ਵੀ ਅਰਬੀ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਸਨ ਤੇ ਕੁਦਰਤੀ ਗੱਲ ਹੈ ਉਹਨਾਂ ਨੇ ਆਪਣੇ ਪੁੱਤਰ ਨੂੰ ਵੀ ਇਸੇ ਪਾਸੇ ਲਾਇਆ ਸੀ ਵੀ ਮੇਰਾ ਪੁੱਤਰ ਵੀ ਵਿਦਿਆ ਦੇ ਸ਼ਿਰਤੇ ਆਪਣਾ ਗੁਜ਼ਾਰਾ ਨਹੀਂ ਬਲਕਿ ਆਪਣੀਆਂ ਹੀ ਲੋੜਾਂ ਪੂਰੀਆਂ ਨਹੀਂ ਬਲਕਿ ਕਿਸੇ ਦੇ ਦਿਲਾਂ ਵਿੱਚ ਇੱਕ ਇਲਮੀ ਦੀਵਾ ਜਗਾਏਗਾ ਚਿਰਾਗ ਜਗਾਏਗਾ ਵਿਦਿਆ ਪੜਨੀ ਤੇ ਪੜਾਉਣੀ ਇੱਕ ਬੜਾ ਵੱਡਾ ਬਹੁਤ ਵਧੀਆ ਕਰਮ ਮੰਨਿਆ ਜਾਂਦਾ ਸੀ ਆਪਣੇ ਪੁੱਤਰ ਨੂੰ ਚੰਗਾ ਵਿਦਵਾਨ ਬਣਾਇਆ ਉਹ ਯਾਦ ਰੱਖ ਜੇ ਮੁੰਸ਼ੀ ਛਦੂ ਰਾਮ ਜੀ ਇਹ ਆਪਣੀ ਵਿਦਿਆ ਦੇ ਕਾਰਨ ਉਸ ਵੇਲੇ ਦੇ ਰਾਜੇ ਸ਼ਾਹਜਹਾਂ ਦੇ ਦਰਬਾਰ ਵਿੱਚ ਇਹ ਮੁੰਸ਼ੀ ਸਨ ਵਿਦਿਆਪਨ ਪੜਾਉਣ ਦਾ ਤੇ ਹੋਰ ਕਾਰਜ ਕਰਦੇ ਸਨ ਇਹਨਾਂ ਦੇ ਨਾਲ ਇਵੇਂ ਇਵੇਂ ਨੇੜਤਾ ਬਣਦੀ ਦਾਰਾ ਸ਼ਕੋ ਨਾਲ ਵੀ ਇਹਨਾਂ ਦੀ ਨੇੜਤਾ ਬਣ ਗਈ ਸੀ ਇੱਕ ਪੱਖ ਵੱਖਰਾ ਹੈ ਤੇ ਇਵੇਂ ਛੱਜੂ ਰਾਮਜੀਤ ਤੋਂ ਬਾਅਦ ਵਿੱਚ ਇਹਨਾਂ ਦੇ ਪੁੱਤਰ ਦਾ ਵੀ ਜਿਹੜਾ ਰਾਜ ਦਰਬਾਰ ਨਾਲ ਸੰਬੰਧ ਜੁੜਿਆ ਹੋਇਆ ਹੈ ਇਵੇਂ ਔਰ ਔਰੰਗਜੀਬ ਦੇ ਪੁੱਤਰ ਸ਼ਹਿਜਾਦਾ ਮੁਆਜ਼ਮ ਉਹਦੇ ਨਾਲ ਇਹ ਵਿਦਿਆਰਜੀ ਸਾਂਝ ਪਾਉਂਦੇ ਨੇ ਉਹਨੂੰ ਪੜ੍ਹਾਉਂਦੇ ਨੇ ਇੱਕ ਵਾਰੀ ਅਚਾਨਕ ਐਸਾ ਕਾਰਨ ਬਣਿਆ ਕਿਉਂਕਿ ਔਰੰਗਜੀਬ ਇਹ ਮੰਨਿਆ ਜਾਂਦਾ ਹੈ ਇਤਿਹਾਸ ਦੇ ਪੰਨਿਆਂ ਤੋਂ ਪਤਾ ਲੱਗਦਾ ਹੈ ਕਿ ਉਹ ਖੁਦ ਕੁਰਾਨ ਸ਼ਰੀਫ ਲਿਖਦੇ ਸਨ ਤੇ ਉਹ ਬੜੇ ਗਹਿਰੇ ਤਲ ਦੇ ਨਾਲ ਇਸ ਗੱਲ ਨੂੰ ਜਾਣਦੇ ਵੀ ਸਨ ਇੱਕ ਵਾਰੀ ਕੁਰਾਨ ਲਿਖਦੇ ਆ ਲਿਖਦੇ ਆ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਇੱਕ ਆਇਤ ਆਈ ਆਇਤ ਮਤਲਬ ਉਹ ਕਹਿੰਦੇ ਨੇ ਜਿਵੇਂ ਆਪਾਂ ਸ਼ਬਦ ਕਹਿੰਦੇ ਆ ਉਹ ਆਇਤ ਕਹਿੰਦੇ ਨੇ ਉਹ ਆਇਤ ਆਈ ਉਹਦੇ ਅਰਥ ਵਿਚਾਰੇ ਪਰਮਾਨੁ ਤਸੱਲੀ ਨਾ ਹੋਈ ਉਹਨੇ ਉਹ ਹੀ ਆਇਤ ਆਪਣੇ ਦਰਬਾਰ ਵਿੱਚ ਲੱਗੇ ਹੋਏ ਧਾਰਮਿਕ ਸਮਾਗਮ ਦੇ ਵਿੱਚ ਉਹਨੇ ਇਹ ਆਇਤ ਪ੍ਰਗਟ ਕੀਤੀ ਕਿ ਮੈਨੂੰ ਇਸ ਆਇਤ ਦੇ ਕੋਈ ਅਰਥ ਕਰਕੇ ਸੁਣਾਓ ਹੁਣ ਉਹਨਾਂ ਦੇ ਕਈ ਤਰ੍ਹਾਂ ਦੇ ਉਹਨਾਂ ਨੇ ਅਰਥ ਕੀਤੇ ਪਰ ਚੇਤੇ ਰੱਖਿਓ ਜੇ ਕਿਸੇ ਦੇ ਵੀ ਅਰਥਾਂ ਦੇ ਨਾਲ ਔਰੰਗਜ਼ੇਬ ਦੇ ਮਨ ਦੀ ਤਸੱਲੀ ਨਾ ਹੋਈ ਹੁਣ ਉਹ ਸ਼ਹਿਜ਼ਾਦਾ ਮੁਅਜ਼ਜ਼ਮ ਵੀ ਉਹ ਵੀ ਜਾਣਦਾ ਹੈ ਉਹ ਵੀ ਸਮਝਦਾ ਹੈ ਉਹ ਵੀ ਵਿੱਚੇ ਦਰਬਾਰ ਦੇ ਜਦੋਂ ਉਹ ਘਰ ਵਾਪਸ ਪਰਤੇ ਆ ਤੇ ਉਹਨੇ ਘਰ ਵਾਪਸ ਪਰਤ ਕੇ ਭਾਈ ਨੰਦ ਲਾਲ ਜੀ ਦੇ ਕੋਲੋਂ ਇਦੇ ਅਰਥ ਪੁੱਛੇ ਭਾਈ ਨੰਦ ਲਾਲ ਜੀ ਨੇ ਬਾਖਮਾਲ ਅਰਥ ਕੀਤੇ ਤੇ ਅਰਥ ਕਰਕੇ ਜਦੋਂ ਸ਼ਹਿਜ਼ਾਦਾ ਮਉਜ਼ਮ ਨੂੰ ਸਮਝਾਏ ਉਹਦੇ ਵੀ ਜ਼ਿਹਨ ਵਿੱਚ ਬੈਠ ਗਏ ਵਧੀਆ ਲੱਗੇ ਉਹ ਦੂਜੇ ਦਿਨ ਉਹਨਾਂ ਹਾਜੀ ਕਾਜ਼ੀਆਂ ਨੇ ਵਕਤ ਮੰਗਿਆ ਸੀ ਵੀ ਸਾਨੂੰ ਇੱਕ ਦਿਨ ਦਾ ਵਕਤ ਦੇਓ ਸੀ ਕੱਲ ਫਿਰ ਦੁਬਾਰੇ ਇਹਦੇ ਅਰਥ ਕਰਾਂਗੇ ਚੰਗੀ ਤਰ੍ਹਾਂ ਵਿਚਾਰ ਕੇ ਹੁਣ ਜਦੋਂ ਦੂਜੇ ਦਿਨ ਫਿਰ ਉਹਨਾਂ ਹਾਜ਼ੀਆਂ ਕਾਜ਼ੀਆਂ ਨੇ ਅਰਥ ਕੀਤੇ ਪਰ ਔਰੰਗਜ਼ੇਬ ਦੀ ਤਸੱਲੀ ਹਲੇ ਬਿਨਾਂ ਹੋਈ ਤੇ ਉਦੋਂ ਦੇ ਪੁੱਤਰ ਨੇ ਇੱਕ ਗੱਲ ਕਹੀ ਵੀ ਜੇ ਤੁਸੀਂ ਆਗਿਆ ਦਿਓ ਤੇ ਮੈਂ ਇਹ ਅਰਥ ਕਰ ਸਕਦਾ ਹਾਂ ਉਹਨਾਂ ਅਖੇ ਠੀਕ ਹੈ ਤੁਸੀਂ ਅਰਥ ਕਰੋ ਜਦੋਂ ਉਹ ਸ਼ਹਿਜ਼ਾਦਾ ਮਉਜ਼ਮ ਨੇ ਅਰਥ ਕੀਤੇ ਯਕੀਨ ਕਰਕੇ ਜਾਣੇ ਉਹ ਸ਼ਬਨਾ ਤੇ ਦਿਲਾਂ ਦੀ ਤਸੱਲੀ ਹੋ ਗਈ ਕਿਸੇ ਨੂੰ ਕੋਈ ਭਰਮ ਨਾ ਰਹਿ ਗਿਆ ਸ਼ਬਨਾ ਦੇ ਮਨ ਦੀ ਤਸੱਲੀ ਹੋ ਗਈ ਔਰੰਗਜ਼ੇਬ ਬੜਾ ਪ੍ਰਭਾਵਿਤ ਹੋਇਆ ਪਰ ਉਹ ਸੀ ਬੜਾ ਛੱਕੀ ਵਰਤੀ ਦਾ ਬੰਦਾ ਉਹਨੇ ਉਸੇ ਵੇਲੇ ਇੱਕ ਗੱਲ ਕਹੀ ਕਹਿਣ ਲੱਗਿਆ ਵੀ ਪੁੱਤ ਮਾਪਿਆਂ ਤੋਂ ਕਦੇ ਬੱਚਿਆਂ ਦੀ ਕਲਾ ਛੁਪੀ ਨਹੀਂ ਹੁੰਦੀ ਇਹ ਅਰਥ ਤੇਰੇ ਨਹੀਂ ਕੀਤੇ ਹੋਏ ਤੈਨੂੰ ਦੱਸ ਤੈਨੂੰ ਕਿਹਨੇ ਪੜ੍ਹਾਏ ਨੇ ਤੈਨੂੰ ਕਿਹਨੇ ਸਮਝਾਏ ਨੇ ਹੁਣ ਉਹ ਦੇਵਨ ਵਿੱਚ ਕੋਈ ਖੋਟ ਨਹੀਂ ਸੀ ਉਹਨੇ ਉਸੇ ਵੇਲੇ ਸਪਸ਼ਟ ਦੱਸ ਦਿੱਤਾ ਕਹਿਣ ਲੱਗੇ ਮੈਨੂੰ ਇਹ ਅਰਥ ਨੰਦ ਲਾਲ ਜੀ ਨੇ ਪੜ੍ਹਾਏ ਨੇ ਔਰੰਗਜ਼ੇ ਬੜਾ ਹੈਰਾਨ ਹੋਇਆ ਕਿ ਇਤਨੇ ਗਹਿਰੇ ਤਲ ਤੱਕ ਇਸ ਕੁਰਾਨ ਮਜੀਦ ਨੂੰ ਸਮਝਣ ਵਾਲਾ ਜਾਣਨ ਵਾਲਾ ਅਰਥ ਵਿਚਾਰਨ ਵਾਲਾ ਉਹ ਖੁਦ ਆਪ ਇਤਨੇ ਗਹਿਰੇ ਤਾਲ ਵਿੱਚ ਇਸ ਕੁਰਾਨ ਮਜੀਦ ਦੇ ਅਰਥਾਂ ਨੂੰ ਸਮਝਣ ਵਾਲਾ ਤੇ ਹੈਰਾਨੀ ਦੀ ਗੱਲ ਹੈ ਹਜੇ ਤੱਕ ਉਹਦੇ ਪਿੱਛੇ ਨਾ ਲਾਲ ਲੱਗਣਾ ਉਹਦੇ ਪਿੱਛੇ ਮੁਹੰਮਦ ਲੱਗਣਾ ਚਾਹੀਦਾ ਸੀ ਉਦੇ ਪਿੱਛੇ ਕੋਈ ਇਸਲਾਮੀ ਨਾਂ ਲੱਗਣਾ ਚਾਹੀਦਾ ਸੀ ਇਹਦਾ ਮਤਲਬ ਉਹ ਹਜੇ ਤੱਕ ਮੁਸਲਮਾਨ ਨਹੀਂ ਹੈ ਉਹ ਨਾਖਿਆ ਨਹੀਂ ਉਹ ਮੁਸਲਮਾਨ ਨਹੀਂ ਹੈ ਕਹਿਣ ਲੱਗੀ ਬੜਾ ਥੋੜਾ ਜਿਹਾ ਵਕਤ ਹੈ ਦੋ ਹੀ ਰਾਹ ਨੇ ਜਾਂ ਤੇ ਮੁਸਲਮਾਨ ਬਣ ਜਾਏ ਜਾਂ ਦੂਜੀ ਗੱਲ ਹੈ ਮੌਤ ਲਈ ਤਿਆਰ ਹੋ ਜਾਏ ਸ਼ੇਖ ਆਫਰ ਨੂੰ ਇਹਦਾ ਹੱਕ ਨਹੀਂ ਹੈ ਵੀ ਉਹ ਕੁਰਾਨ ਮਜੀਦ ਦੇ ਇਤਨੇ ਗਹਿਰੇ ਤਲ ਤੇ ਅਰਥ ਜਾਣਦਾ ਹੋਵੇ ਤੇ ਉਹ ਇਸਲਾਮ ધਰਨਾ ਕਰੇ ਹੁਣ ਜਦੋਂ ਇਹ ਗੱਲ ਉਹ ਸ਼ਹਿਜ਼ਾਦਾ ਮਉਜ਼ਜ਼ਮ ਵਾਪਸ ਆਪਣੇ ਘਰ ਗਏ ਭਾਈ ਨੰਦ ਲਾਲ ਜੀ ਨੇ ਬੜੇ ਪਿਆਰ ਨਾਲ ਪੁੱਛਿਆ ਵੀ ਕੀ ਗੱਲ ਅਜੇ ਅਰਥ ਕੀਤੇ ਸੀ ਤਸੱਲੀ ਨਹੀਂ ਹੋਈ ਉਹ ਕਹਿੰਦੇ ਸਾਡੀ ਤੇ ਤਸੱਲੀ ਹੋ ਗਈ ਅਬਾ ਜਾਨ ਦੀ ਵੀ ਤਸੱਲੀ ਹੋ ਗਈ ਪਰ ਇੱਕ ਬੜੀ ਵੱਡੀ ਮੁਸ਼ਕਲ ਆਣ ਬਣੀ ਉਹ ਕਹਿੰਦੇ ਕੀ ਕਹਿੰਨ ਲੱਗੇ ਮੁਸ਼ਕਲ ਇਹ ਵੀ ਮੇਰੇ ਪਿਤਾ ਨੇ ਐਲਾਨ ਕੀਤਾ ਵੀ ਜੇ ਤਾਂ ਉਹ ਇਸਲਾਮ ਧਾਰਨ ਕਰਦਾ ਹੈ ਤਾਂ ਤਾਂ ਠੀਕ ਹੈ ਜੇ ਨਹੀਂ ਧਾਰਨ ਕਰਦਾ ਤਾਂ ਇਤਨੇ ਗਹਿਰੇ ਚਲਤੇ ਜਾ ਕੇ ਜਿਹਨੂੰ ਕੁਰਾਨ ਮਜੀਦ ਦਾ ਇਲਮ ਹੈ ਉਹਨੂੰ ਖਤਮ ਕਰ ਦੇ ਕਿ ਮੈਂ ਤੁਹਾਨੂੰ ਬੇਨਤੀ ਕਰਨੇ ਵੀ ਤੁਸੀਂ ਇਸਲਾਮ ਧਾਰਨ ਕਰ ਲਓ ਤੁਹਾਡੇ ਕੋਲ ਬਹੁਤ ਵਿਦਿਆ ਹੈ ਬਹੁਤ ਗਿਆਨ ਹੈ ਬੜਾ ਫਲਾ ਕਰੋਗੇ ਦੁਨੀਆ ਦਾ ਪਰ ਜੇ ਤੁਸੀਂ ਕਿਸੇ ਤਰੀਕੇ ਇਸ ਰਾਜ ਵਿੱਚ ਕੋਈ ਐਸੀ ਥਾਂ ਨਹੀਂ ਹੈ ਜਿਸ ਥਾਂ ਦੇ ਉੱਤੇ ਮੇਰੇ ਪਿਤਾ ਦੇ ਹੱਥ ਨਾ ਪਹੁੰਚਣ ਤੇ ਤੁਹਾਨੂੰ ਕੋਈ ਬਚਾ ਲਵੇ ਹੁਣ ਜਿਸ ਵੇਲੇ ਉਹ ਦੱਸ ਰਿਹਾ ਮੋਜਮ ਉਹਦਾ ਚਿਹਰਾ ਜਿੰਨੀ ਚਿੰਤਾ ਨਾਲ ਗਰਸਿਆ ਹੋਇਆ ਜਿਤਨੇ ਦੁੱਖ ਨਾਲ ਦੱਸ ਰਿਹਾ ਉਸ ਤੋਂ ਕਿਤੇ ਬਧੀਕ ਆਨੰਦ ਨਾਲ ਭਾਈ ਨੰਦ ਲਾਲ ਜੀ ਸੁਣ ਰਹੇ ਨੇ ਕੋਈ ਡਰ ਨਹੀਂ ਕੋਈ ਉਹਨਾਂ ਦੇ ਚਿਹਰੇ ਤੇ ਪ੍ਰਭਾਵ ਨਹੀਂ ਉਹਨੇ ਫਿਰ ਦੁਹਰਾਇਆ ਸਮਾਂ ਬਹੁਤ ਥੋੜਾ ਹੈ ਨਹੀਂ ਤੇ ਮੌਤ ਤੁਹਾਡੇ ਬੂਹੇ ਤੇ ਖਲੋਤੀ ਹੈ ਉਹ ਕਹਿੰਦੇ ਫਿਕਰ ਨਾ ਕਰ ਸਜਣਾ ਇੱਕ ਥਾਂ ਅਜਹੀ ਹੈ ਜਿਹੜੀ ਦੂਜਿਆਂ ਦੇ ਧਰਮ ਬਚਾਉਂਦੀ ਹੈ ਇੱਕ ਥਾਂ ਅਜਹੀ ਹੈ ਜਿੱਥੇ ਤੇਰੇ ਪਿਤਾ ਦਾ ਹੱਥ ਨਹੀਂ ਪਹੁੰਚ ਸਕਦਾ ਉਹਨੇ ਆਖਿਆ ਮੈਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਚਲੇ ਜਾਣਾ ਛੱਡ ਕੇ ਸਭ ਕੁਝ ਤੇ ਆ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਗੁਰੂ ਗੋਬਿੰਦ राय ਜੀ ਦੇ ਚਰਨਾਂ ਵਿੱਚ ਆਪਣਾ ਸਿਰ ਰੱਖ ਦਿੱਤਾ ਜਿੱਥੇ ਕਿਤੇ ਵੀ ਇਹੋ ਜੀ ਗੱਲ ਆਉਂਦੀ ਮੇਰਾ ਦਿਲ ਕਦੇ ਲੰਘਣ ਨੂੰ ਨਹੀਂ ਕਰਦਾ ਅਗਲੇ ਸ਼ਬਦ ਛੋਣ ਨੂੰ ਨਹੀਂ ਕਰਦਾ ਮੇਰਾ ਜੀ ਕਰਦਾ ਇੱਥੇ ਰੁੱਕ ਕੇ ਸਿੱਖ ਦੇ ਦਿਲ ਦਾ ਬੂਹਾ ਖੜਕਾ ਕੇ ਜਾਵਾਂ ਅਸੀਂ ਕਿਉਂ ਫਿਰਨੇ ਇਸ ਤਰ੍ਹਾਂ ਪਟਕਦੇ ਕਿਤਨੇ ਲੋਕਾਂ ਨੂੰ ਵਿਸ਼ਵਾਸ ਸੀ ਵੀ ਆਨੰਦਪੁਰ ਦਾ ਦਾਤਾ ਉਡੀ ਬੁੱਕਲ ਵਿੱਚੋਂ ਮੇਰੇ ਹਰ ਸਵਾਲ ਦਾ ਮੇਰੇ ਹਰ ਦੁੱਖ ਦਾ ਮੇਰੀ ਹਰ ਮੁਸ਼ਕਲ ਦਾ ਉੱਤੇ ਹੱਲ ਪਿਆ ਅੱਜ ਦੇ ਸਿੱਖ ਨੂੰ ਕਿਉਂ ਨਾ ਵਿਸ਼ਵਾਸ ਬਣਿਆ ਉਹ ਕਦੇ ਦੇਹਧਾਰੀਆਂ ਦੇ ਡੇਰੀਆਂ ਤੇ ਕਦੇ ਤਰ੍ਹਾਂ-ਤਰ੍ਹਾਂ ਦੇ ਲੋਕਾਂ ਕੋਲ ਭਟਕਦਾ ਫਿਰਦਾ ਹੈ ਉਹਨੂੰ ਕਿਉਂ ਨਹੀਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਸੁਨੇਹੇ ਸੁਣਦੇ ਉਹਨੂੰ ਕਿਉਂ ਨਹੀਂ ਆਵਾਜ਼ਾਂ ਸੁਣਦੀਆਂ ਸੱਜਣਾ ਕਿਤੇ ਅੱਜ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਚਲੀ ਜਾਏ ਚਲਾ ਜਾਵੇਂ ਤੇਰੀ ਜ਼ਿੰਦਗੀ ਦੀ ਹਰ ਮੁਸ਼ਕਲ ਛੋਟੀ ਹੋ ਜਾਣੀ ਹੈ ਪਰ ਉਸ ਦਾਤੇ ਦੀਆਂ ਰਹਿਮਤਾਂ ਵੱਡੀਆਂ ਹੋ ਜਾਂਦੀਆਂ। ਮੈਂ बार-बार ਇੱਕ ਬੇਨਤੀ ਕਰਾਂਗਾ। ਗੁਰੂ ਦੇ ਚਰਨਾਂ ਤੇ ਦ੍ਰਿੜਤਾ ਨਾਲ ਵਿਸ਼ਵਾਸ ਰੱਖਿਏ। ਜੰਕੈ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨ ਪ੍ਰਗਟਾਇਆ ਗੁਰੂ ਉਹੀ ਹੈ ਬਾਣੀ ਉਹੀ ਹੈ। ਅੰਦਰ ਹੈ ਤਾਂ ਸਿਰਫ ਸਾਡੇ ਵਿਸ਼ਵਾਸ ਵਿੱਚ ਅੰਤਾਰੇ। ਸਾਡੇ ਭਰੋਸੇ ਵਿੱਚ ਸਾਡੇ ਯਕੀਨ ਵਿੱਚ ਅੰਤਰ ਹੈ ਸਾਨੂੰ ਉਮੀਦ ਦਾ ਯਕੀਨ ਨਹੀਂ ਹੈ ਉਮੀਦ ਦਾ ਭਰੋਸਾ ਨਹੀਂ ਹੈ ਬਾਕੀ ਕਮੀ ਕੋਈ ਨਹੀਂ ਤੋਂ ਪਾਈ ਨੰਦ ਲਾਲ ਜੀ ਗੁਰੂ ਚਰਨਾ ਵਿੱਚ ਆ ਗਏ ਇੱਥੇ ਆ ਕੇ ਫਿਰ ਲਮੀਰਾ ਨਿਵਾਸ ਕੀਤਾ ਬਾਕੀ ਜਿਵੇਂ ਜਿਵੇਂ ਇਤਿਹਾਸ ਵਿੱਚ ਜ਼ਿਕਰ ਆਏਗਾ ਪੱਕੀ ਵੀ ਸਾਂਝਾ ਕਰਾਂਗੇ ਅਰੋਨਾ ਨੇ ਬਾ ਕਮਾਲ ਲਿਖਤਾਂ ਲਿਖੀਆਂ ਨੇ ਇੱਕ ਲਿਖਤ ਦਾ ਤੇ ਸ਼ਾਦੀ ਜ਼ਿੰਦਗੀ ਨਾ ਹਰ ਰੋਜ਼ ਦਾ ਹੀ ਵਸਤਾ ਹੈ ਨਾ ਆ ਜਿਹੜਾ ਅਰਦਾਸ ਤੋਂ ਬਾਅਦ ਪੜਦੇ ਹਨ ਨਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਆਰ ਕੋਈ ਸਭ ਮਿਲेंगे ਬੱਤੇ ਸ਼ਰਨ ਜੋ ਹੋਏ ਇਹ ਨੰਦ ਲਾਲ ਜੀ ਦੇ ਲਿਖੇ ਹੋਏ ਬਚਨ ਨੇ ਇਹ ਪਹਿਲੀਆਂ ਦੋ ਲਾਈਨਾਂ ਉਹ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿੱਚੋਂ ਨੇ ਆ ਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋ ਚੈ ਖੋ ਸ਼ਬਦ ਮੈਲੇ ਇਹ ਜਿਹੜੀਆਂ ਆਖਰੀ ਦੋ ਲਾਈਨਾਂ ਨੇ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਖੁਆਰ ਹੋਈ ਸਾ ਮਿਲenge ਬਚੇ ਸ਼ਰਨ ਜੋ ਹੋਏ ਇਹ ਭਾਈ ਨੰਦ ਲਾਲ ਜੀ ਦੀਆਂ ਨੇ ਯਾਦ ਰੱਖਿਓ ਜੀ ਸਿਖਰ ਉਹ ਜੀ ਹੱਲ ਕਰਦਾ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹੀ ਬਾਕੀ ਗੁਰੂਆਂ ਦੀ ਤਰੀਫਾਂ ਲਈ ਬੜਾ ਕੁਝ ਲਿਖਿਆ ਬਾਦਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਕਿੰਨੀ ਪਿਆਰੀ ਉਹਨਾਂ ਦੇ ਬੋਲ ਆਪਾ ਪੜਦੇ ਜਿਨ੍ਹਾਂ ਚ ਪਿਆਰ ਦਲ ਕਮਾਰਦਾ ਅੱਗੇ ਗੱਲ ਸ਼ੁਰੂ ਕਰੀਏ ਹੋਰ ਵੀ ਬੇਅੰਤ ਕਵੀ ਤੇ ਸੱਜਣ ਉਹ ਗੁਰੂ ਚਰਨਾ ਵਿੱਚ ਆ ਕੇ ਆਪੋ ਆਪਣੀਆਂ ਲਿਖਤਾਂ ਵੀ ਲਿਖਦੇ ਰਹੇ ਜਿਨ੍ਹਾਂ ਨੂੰ ਬਾਹਰ ਲਿਖਣ ਦਾ ਹੱਕ ਨਹੀਂ ਸੀ ਹੁੰਦਾ ਉਹ ਇੱਥੇ ਆਪਣੀ ਆਪਣੀਆਂ ਕੋਈ ਕਿਸੇ ਤਰ੍ਹਾਂ ਦੇ ਅਵਤਾਰਵਾਦ ਦੀ ਗੱਲ ਉਹਨਾਂ ਦੀ ਆਪਣੀ ਆਜ਼ਾਦੀ ਸੀ ਗੁਰੂ ਸਾਹਿਬ ਵੱਲ ਉਸ ਕਾਲ ਦੀ ਕੋਈ ਪਾਬੰਦੀ ਨਹੀਂ ਸੀ ਇੱਕ ਵੱਖਰਾ ਪੱਖ ਹੈ ਬੇਨਤੀ ਕਰਨੀ ਚਾਹੁੰਨਾ ਇਸ ਗੱਲ ਵਿੱਚ ਕਿਸੇ ਨੇ ਹੋਰ ਬਹੁਤ ਜ਼ਿਆਦਾ ਧਿਆਨ ਨਾਲ ਦੇਖਣਾ ਹੋਵੇ ਤੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਦੀ ਕਿਤਾਬ ਹੈ ਦਰਬਾਰੀ ਰਤਨ ਉਹਦੇ ਚ ਬਹੁਤ ਸਾਰੇ ਇਹੋ ਜਿਹੇ ਕਵੀਆਂ ਦਾ ਸਿਰਕਾ ਗੁਰੂ ਸਾਹਿਬ ਨੇ ਕਬੀਰ ਦਰਬਾਰ ਲਾਇਆ ਹਾਲਾਂਕਿ ਗੁਰੂ ਘਰ ਦੇ ਵਿੱਚ ਇੱਕ ਕਸੂਲ ਹੈ ਆਬੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤੇ ਨ ਸਮਾਣੀ ਪੀਵੋ ਅੰਮ੍ਰਿਤ ਸਰਾਰ ਵੰਗ ਜਪਿਓ ਸਾਰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਗੁਰੂ ਜੀ ਇਹੋ ਜੀਆਂ ਕਵਤਾਵਾਂ ਦੇ ਆਸ਼ਕ ਨਹੀਂ ਸਨ ਗੁਰੂ ਜੀ ਇਹੋ ਜੀਆਂ ਨਿੱਕੀਆਂ ਮੋਟੀਆਂ ਕਵਤਾਵਾਂ ਨਹੀਂ ਸੁਣਣਦੇ ਗੁਰੂ ਜੀਤੇ ਇਕਲ ਚੇਤਾ ਰੱਖਿਓ ਉਹਨਾਂ ਦੇ ਦਿਲ ਅੰਦਰ ਅਤਿ ਦੀ ਪਿਆਰੀ ਥਾਂ ਤੇ ਗੁਰਬਾਣੀ ਨੂੰ ਐ ਸਤਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਗੁਰ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਬਖਾਣੀ ਹਰ ਘਰ ਨਿਤ ਕਰੇ ਰਸਨਾ ਕਿਆ ਕਛੂ ਨਾ ਜਾਣੀ ਚਿਤ ਜਨ ਕਾ ਖੇਲਿਆ ਮਾਇਆ ਬੋਲਣ ਪੈ ਰਬਾਣੀ ਕਹੇ ਨਾਨਕ ਸਤਗੁਰ ਬਾਝੋਂ ਹੋਰ ਕੱਚੀ ਬਾਣੀ ਇਹ ਗੁਰੂ ਅਮਰਦਾਸ ਜੀ ਦੇ ਬੋਲ ਜੋਤ ਤੇ ਜੁਗਤ ਉਹੀ ਹੈ ਓਨੀ ਪਿਆਰੀ ਬਾਣੀ ਦਸਮ ਪਾਤਸ਼ਾਹ ਨੂੰ ਵੀ ਲੱਗਦੀ ਹੈ ਕੇਂਦਰ ਬਿੰਦੂ ਸਿੱਖੀ ਦਾ ਕੁਰਬਾਨੀ ਹੈ ਕੁਰਬਾਨੀ ਤੋਂ ਬਿਨਾ ਨਹੀਂ ਕੁਝ ਵੀ ਇਹ ਕੱਜ ਜਿਤੇ ਰੱਖਣ ਵਾਲੀ ਹੈ ਤਾਂ ਗੁਰੂ ਜੀ ਨੇ ਇੱਕ ਕبھی ਦਰਬਾਰ ਆਪਣੀ ਕਿਸੇ ਕਵਤਾ ਲਈ ਨਹੀਂ ਲਾਏ ਗੁਰੂ ਜੀ ਨੇ ਜਿਨਾਂ ਜਨਾਂ ਦੀ ਵੀ ਕਲਾ ਮਰ ਰਹੀ ਸੀ ਉਹਨਾਂ ਲੋਕਾਂ ਨੂੰ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜੀਵਨ ਬਖਸ਼ਿਸ਼ ਕੀਤਾ ਸੀ ਗੱਲ ਮੈਂ ਅੱਗੇ ਤੋੜਨੀ ਚਾਹਣਾ ਹੈ ਬੜੇ ਧਿਆਨ ਨਾਲ ਸੁਣੋ ਗੁਰਦੇਵ ਸਤਿਪਾਤਸ਼ਾਹ ਨੇ ਇੱਕ ਕਰ ਕੋੜ ਬੜੇ ਧਿਆਨ ਨਾਲ ਵਿਚਾਰੀ ਸੀ ਉਹਦੀ ਅੱਜ ਵੀ ਲੋੜ ਹੈ ਜਿਹੜੀ ਗੁਲਾਮੀ ਹੈ ਨਾ ਉਹ ਕਈ ਰੂਪਾਂ ਵਿੱਚ ਹੁੰਦੀ ਹੈ। ਉਹਨਾਂ ਵਿੱਚੋਂ ਇੱਕ ਰੂਪ ਹੈ ਗੁਲਾਮੀ ਦਾ ਮਾਨਸਿਕ ਗੁਲਾਮੀ। ਯਾਦ ਰੱਖਿਓ ਸਰੀਰਾਂ ਦੀ ਗੁਲਾਮੀ ਉਹ ਕੱਟੀ ਜਾਂਦੀ ਹੈ। ਪਰ ਮਾਨਸਿਕ ਗੁਲਾਮੀ ਪੈਦਾ ਹੋ ਜਾਏ, ਸਰੀਰ ਦੀ ਆਜ਼ਾਦੀ ਵੀ ਹੋਵੇ, ਉਹ ਫਿਰ ਕਦੇ ਕੱਟੀ ਨਹੀਂ ਜਾਂਦੀ। ਮਾਨਸਿਕ ਗੁਲਾਮ ਕਦੇ ਆਜ਼ਾਦ ਨਹੀਂ ਹੋਇਆ ਕਰਦੇ ਸ਼ਰੀਰਾਂ ਦੇ ਗੁਲਾਮ ਆਜ਼ਾਦ ਹੋਇਆ ਕਰਦੇ ਮੈਂ ਇੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਤੁਹਾਡੇ ਨਾਲ ਸਾਂਝੇ ਕਰਕੇ ਗੱਲ ਅੱਗੇ ਤੋਰਨੀ ਚਾਹੁੰਦਾ ਬਾਲ ਛੁਟਕਿਓ ਬੰਧਨ ਪਰੇ ਕਸ਼ੂ ਨਾ ਹੋ ਤੋ ਪਾਏ ਕਹੋ ਨਾਨਕ ਅਬ ਓਟ ਹਰ ਗਜ ਜਿਓ ਹੋ ਹਸਾਈ ਇਹ ਮਾਨਸਿਕ ਪੱਧਰ ਤੇ ਆਇਆ ਨੀਮਾਪਣ ਹੈ ਬੰਨ ਛੁੱਟ ਗਿਆ ਹੌਸਲਾ ਛੱਡ ਦਿੱਤਾ ਬੰਦਰ ਪੈ ਗਈ ਹੁਣ ਕੁਝ ਵੀ ਉਪਰਾਲਾ ਨਹੀਂ ਕੁਝ ਵੀ ਸਾਧਨ ਨਹੀਂ ਹੋ ਸਕਦਾ ਮਲਕ ਅੱਗੇ ਕੀਤੀ ਹੋਈ ਪੁਕਾਰ ਉਹਨੇ ਫਿਰ ਅੰਦਰੋਂ ਇੱਕ ਮਜ਼ਬੂਤੀ ਬਖਸ਼ਿਸ਼ ਕੀਤੀ ਬਲ ਹੋਆ ਬੰਧਨ ਛੁੱਟੇ ਸਭ ਕੁਝ ਹੋ ਤਾ ਉਪਾਈ ਨਾਨਕ ਸਭ ਕੁਛ ਤੁਮਰੇ ਹਾਥ ਮੇ ਤੁਮ ਹੀ ਗੋਸਾ ਹੈ ਯਾਦ ਰੱਖਿਓ ਜੇ ਜਦੋਂ ਮਾਨਸਿਕ ਗੁਲਾਮੀ ਲੰਮੀ ਹੋਵੇ ਨਾ ਉਦੋਂ ਮਨਾਂ ਦੇ ਮਜ਼ਬੂਤ ਹੋਣ ਦੀ ਲੋੜ ਹੁੰਦੀ ਹੈ ਅਗਲੇਰੇ ਪੰਨਿਆਂ ਤੇ ਤੁਹਾਨੂੰ ਇਹ ਬਿਲਕੁਲ ਸਪਸ਼ਟ ਤਸਵੀਰ ਨਜ਼ਰ ਆਉਣੀ ਹੈ ਜਿਹਦੀ ਗੱਲ ਆਪਾਂ ਹੋ ਕਰ ਰਹੇ ਹਾਂ ਇਹ ਅਗਲੇ ਰੇਪਨਯਤੀ ਦੀ ਵਿਆਖਿਆ ਹੋਣੀ ਹੈ ਯਾਦ ਰੱਖਿਓ ਜੇ ਕੋਈ ਹਥਿਆਰ ਨਹੀਂ ਲੜਦਾ ਕੋਈ ਸ਼ੂਰਮਾ ਨਹੀਂ ਲੜਦਾ ਕੋਈ ਫੌਜਾਂ ਨਹੀਂ ਲੜਦੀਆਂ ਲੜਦੇ ਹੁੰਦੇ ਨੇ ਹੌਸਲੇ ਹੌਸਲੇ ਘੋਣ ਤੇ ਮਸਤ ਹਾਥੀਆਂ ਨੂੰ ਮੋੜਿਆ ਜਾਂਦਾ ਹੈ ਹੌਸਲੇ ਘੋਣ ਇਕੱਲੇ ਹੀ 1.5 ਲੱਖ ਦੇ ਬਰਾਬਰ ਸਮਝਦਾ ਆਪਣੇ ਆਪ ਨੂੰ ਪਰਮਾਨਸਿਕ ਆਜ਼ਾਦੀ ਵਿੱਚੋਂ ਪੈਦਾ ਹੋਣੀਆਂ ਨੇ ਚੀਜ਼ਾਂ ਮਾਨਸਿਕ ਗੁਲਾਮਤਾ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਵੀ ਕੱਲਾ ਸਮਝਦਾ ਆਪਣੇ ਆਪ ਨੂੰ ਪਰਮਾਨਸਿਕ ਬਲਵਾਨ ਉਹ ਕੱਲਾ ਵੀ ਆਪਣੇ ਆਪ ਨੂੰ ਲੱਖਾਂ ਦੇ ਬਰਾਬਰ ਸਮਝਦਾ ਇਹ ਦੋਨਾਂ ਦਾ ਅੰਤਰ ਹੈ ਬਹੁਤ ਵੱਡਾ ਹੁਣ ਗੁਰੂ ਜੀ ਨੇ ਕਿਰਪਾ ਕੀਤੀ ਮਾਨਸਿਕ ਗੁਲਾਮੀ ਕੱਢਣ ਵਾਸਤੇ ਮਾਰਚ ਦੇ ਮਹੀਨੇ 1683 ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਨਵਾਂ ਪੱਖ ਪੇਸ਼ ਕੀਤਾ ਇਹਨੂੰ ਅੱਜ ਸਿੱਖ ਜਗਤ ਕੋਲੇ ਮਹੱਲੇ ਦੇ ਨਾਂ ਨਾਲ ਯਾਦ ਕਰਦਾ ਹੈ ਇਹਦੇ ਚ ਵੀ ਦੋ ਪੱਖ ਸਨ ਨੰਬਰ 1 ਇੱਕ ਕਮਜ਼ੋਰੀ ਆਈ ਕਿਵੇਂ ਮਾਨਸਿਕ ਪੱਧਰ ਦੀ ਇਹ ਗੁਲਾਮ ਹੋਏ ਕਿਵੇਂ ਇੱਕ ਪੱਖ ਹੋ ਸੀ ਦੂਜਾ ਪੱਖ ਹੋ ਸੀ ਵੀ ਇਹਨਾਂ ਦੀ ਗੁਲਾਮੀ ਨੂੰ ਕੱਢ ਕੇ ਹੁਣ ਇਹਨਾਂ ਨੂੰ ਉਸ ਆਜ਼ਾਦੀ ਦੇ ਪਰਵਾਨੇ ਕਿਵੇਂ ਬਣਾਉਣਾ ਹੈ ਇਹ ਦੋ ਪੱਖ ਸਰ ਕੋਈ ਗੁਲਾਮੀ ਆਈ ਕਿਵੇਂ ਯਾਦ ਰੱਖੋ ਜੇ ਇੱਕ ਸਨਾਤਨੀ ਧਰਮ ਦੀ ਗੱਤ ਹੈ ਜਦੋਂ ਹਰਨਾਖਸ਼ ਪ੍ਰਹਿਲਾਦ ਨੂੰ ਰੱਬੀ ਰਾਤੋਂ ਰੋਕਦਾ ਹੋਇਆ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦੇ ਕੇ ਉਹਨੂੰ ਆਪਣੀ ਖੁਦ ਦੀ ਇਬਾਦਤ ਕਰਨ ਵਾਸਤੇ ਪ੍ਰੇਰਦਾ ਪਰ ਪ੍ਰਹਿਲਾਦ ਅਡੋਲ ਖੜਦਾ ਕਿਸੇ ਚੀਜ਼ ਦੀ ਪਰਵਾਹ ਨਹੀਂ ਮੰਨਦਾ ਇਮਾਨਸਿਕ ਆਜ਼ਾਦੀ ਸੀ ਕਈ ਤਰ੍ਹਾਂ ਦੇ ਤੁਸੀਹੇ ਦਿੱਤੇ ਉਹਦੇ ਵਿੱਚੋਂ ਜਦੋਂ ਨਾ ਕਾਮ ਪੰਜਾਬੀ ਮਿਲੀ ਤਾਂ ਹਰਨਾਕਸ਼ ਆਪਣੀ ਭੈਣ ਦਾ ਸਹਾਰਾ ਲੈਂਦਾ ਉਹ ਉਸ ਪ੍ਰਹਿਲਾਦ ਨੂੰ ਇੱਕ ਲੱਕੜਾਂ ਦੇ ਢੇਰ ਵਿੱਚ ਬਿਠਾਉਂਦਾ ਇਹ ਉਹਨਾਂ ਦੀ ਕਥਾ ਕਹਾਣੀ ਹੈ ਤੇ ਉਹ ਅੱਗੇ ਉਹ ਕਹਿੰਦੇ ਨੇ ਕਿ ਉਦੋਂ ਜਿਹੜੀ ਹੋਲਕਾ ਸੀ ਉਨੇ ਆਪਣੀ ਗੋਦ ਵਿੱਚ ਪ੍ਰਹਿਲਾਦ ਨੂੰ ਬਿਠਾਇਆ ਤੇ ਹੋਲਕਾ ਕੋਲੇ ਵਾਰ ਸੀ ਕਿ ਉਹ ਅੱਗ ਵਿੱਚ ਨਹੀਂ ਸੜੇਗੀ ਜਦੋਂ ਪ੍ਰਹਿਲਾਦ ਗੋਦ ਵਿੱਚ ਬੈਠਾ ਸੀ ਤਾਂ ਉਦੋਂ ਰੱਬ ਦਾ ਭਾਣਾ ਵਰਤਿਆ ਹੋਲਕਾ ਸੜ ਕੇ ਸੁਆਹ ਹੋ ਗਈ ਪਰ ਜਦੋਂ ਤੱਕ ਪ੍ਰਹਿਲਾਦ ਤੱਕ ਅੱਗ ਆਉਣ ਲੱਗੀ ਤੇ ਉਦੋਂ ਤੱਕ ਲੱਕਣਾਂ ਦੀ ਅੱਗ ਬੁਝ ਗਈ ਉਹਦੀ ਪੈਜ ਰੱਖ ਲਈ ਰੱਬ ਨੇ ਹੁਣ ਜਿਹੜਾ ਐਡਾ ਵੱਡਾ ਦਿਨ ਸੀ ਉਨ ਲੋਕਾਂ ਨੇ ਬੜੇ ਅਜ਼ਮ ਨਾਲ ਮਨਾਇਆ ਐਡੀਆਂ ਖੁਸ਼ੀਆਂ ਨਾਲ ਮਨਾਇਆ ਜਿਸ ਅੱਗ ਵਿੱਚ ਹੋਲਕਾ ਸੜੀ ਸੀ ਉਹ ਸਵਾ ਚੁੱਕ ਕੇ ਇੱਕ ਦੂਜੇ ਦੇ ਮੱਥੇ ਤੇ ਟਿੱਕੇ ਲਾ ਕੇ ਗੱਲ ਕੀਤੀ ਭਈ ਅੱਜ ਇੱਕ ਬਹੁਤ ਵੱਡੇ ਸੱਚ ਦੀ ਜਿੱਤ ਹੋਈ ਹੈ ਤੇ ਕੂੜ ਦੀ ਹਾਰ ਹੋਈ ਹੈ ਹੁਣ ਇਹ ਗੱਲ ਸਪਸ਼ਟ ਸੀ ਸਮਾਂ ਪਾ ਕੇ ਉਸ ਸਵਾ ਨੂੰ ਰੰਗ ਦਾ ਰੂਪ ਦੇ ਦਿੱਤਾ ਗਿਆ ਵੀ ਮੱਥੇ ਤੇ ਟਿੱਕਾ ਰੰਗ ਦਾ ਲਾ ਦਿਓ ਪਰ ਯਾਦ ਕਰੋ ਪ੍ਰਹਿਲਾਦ ਨੂੰ ਵੀ ਮਾਨਸਿਕ ਗੁਲਾਮੀ ਲਾ ਕੇ ਭਾਵੇਂ ਪਿਤਾ ਵੀ ਕਿਉਂ ਨਾ ਹੋਵੇ ਉਹਦੇ ਬਰਾਬਰ ਵੀ ਇੱਕ ਬੱਚਾ ਡਟ ਕੇ ਦੇਖੋ ਕਿੱਡੇ ਵੱਡੇ ਹੌਸਲੇ ਦੀ ਗੱਲ ਕਰਦੇ ਆ ਹੁਣ ਐਡੇ ਵੱਡੇ ਸੱਚ ਨੂੰ ਬਿਪਰਵਾਦੀ ਸੋਚ ਨੇ ਉਲ ਜਾ ਕੇ ਰੱਖ ਦਿੱਤਾ ਜਿਸ ਤਨ ਨਰੰਕਾਰ ਦੀ ਗੱਲ ਹੋਣੀ ਚਾਹੀਦੀ ਸੀ ਉਸ ਦਿਨ ਇੱਕ ਦੂਜੇ ਤੇ ਰੰਗ ਲਾਉਣ ਦੇ ਬਹਾਨੇ ਵਿਕਾਰ ਦੀ ਗੱਲ ਹੋਣ ਲੱਗ ਪਈ ਜਿੱਥੇ ਨਾਮ ਦੀ ਗੱਲ ਹੋਣੀ ਚਾਹੀਦੀ ਸੀ ਉੱਥੇ ਕੁਝ ਸਵਾਰਥੀ ਲੋਕਾਂ ਨੇ ਰੰਗ ਲਾਉਣ ਦੇ ਬਹਾਨੇ ਕਾਮ ਦੀ ਗੱਲ ਸ਼ੁਰੂ ਕਰ ਦਿੱਤੀ ਨਾਮ ਦੀ ਪਿੱਛੇ ਹੀ ਰਹੀ ਗੁਰੂ ਸਾਹਿਬ ਨੇ ਫਿਰ ਖੋਲੇ ਨੂੰ ਵੀ ਜਿਵੇਂ ਮਨਾਉਣਾ ਚਾਹੀਦਾ ਓਮੇ ਮਨਾਉਣ ਦੀ ਸ਼ੁਰੂਆਤ ਕੀਤੀ ਸੀ 1683 ਦੇ ਵਿੱਚ ਯਾਦ ਰੱਖਿਓ 1682 ਚ ਪਾਈਨੰਦ ਲਾਲ ਜੀ ਆਏ ਸਨ 1683 ਦੇ ਵਿੱਚ ਮਾਰਚ ਦੇ ਮਹੀਨੇ ਇਸ ਖੋਲੇ ਮਹਲੇ ਦੀ ਸ਼ੁਰੂਆਤ ਕੀਤੀ ਸੀ ਸਹਿਬ ਨੇ ਆਖਿਆ ਸੀ ਹਰਨਾਖਸ਼ ਵੀ ਪੈਦਾ ਹੁੰਦੇ ਰਹਣੇ ਨੇ ਪ੍ਰਹਲਾਦ ਵੀ ਪੈਦਾ ਹੁੰਦੇ ਰਹਣੇ ਨੇ ਪਰ ਮੈਂ ਚਾਹੁੰਨਾ ਵੀ ਹਰ ਵਾਰੀ ਪ੍ਰਹਲਾਦ ਹੈ ਜਿਹੜਾ ਉਹ ਹੋਲਕਾ ਦੀ ਗੋਦ ਵਿੱਚ ਨਾ ਬੈਠੇ ਮੈਂ ਪ੍ਰਹਿਲਾਦ ਨੂੰ ਇਹੋ ਜਿਹਾ ਤਿਆਰ ਕਰ ਦੇਣਾ ਚਾਹੁੰਦਾ ਜਦੋਂ ਹਰਨਕਸ਼ ਕਹਿਰ ਕਰੇ ਹੁਣ ਪ੍ਰਹਿਲਾਦ ਉਹਨੂੰ ਸਾਹਮਣੇ ਟੱਕਰੇ ਇਹ ਮਾਨਸਿਕ ਗੁਲਾਮੀ ਮੈਂ ਖਤਮ ਕਰ ਦੇਣੀ ਚਾਹੁੰਦਾ ਪ੍ਰਹਿਲਾਦ ਵੱਲੋਂ ਦਰਸਾਇਆ ਹੋਇਆ ਉਹ ਮਾਨਸਿਕ ਆਜ਼ਾਦੀ ਵਾਲਾ ਰਸਤਾ ਮੈਂ ਦਿਖਾਉਣਾ ਚਾਹੁੰਦਾ ਸਤਿਗੁਰੂ ਨੇ ਦੋ ਪੱਖ ਬਣਾ ਲੈਣੇ ਜੇ ਤੁਸੀਂ ਧਿਆਨ ਨਾਲ ਸੁਣਿਆ ਹੋਵੇ ਮੈਂ ਇੱਕ ਵਾਰੀ ਫੇਰ ਬੇਨਤੀ ਕਰ ਦਿੰਦਾ ਜਿਹੜੀ ਅੱਜ ਦੀ ਗੱਲ ਹੈ ਨਾ ਇਹਦਾ ਪਿਛੋਕੜ ਪਹਿਲਾਂ ਪਟਨਾ ਸਾਹਿਬ ਦੀ ਧਰਤੀ ਤੇ ਚੱਲੀ ਏ ਉੱਥੇ ਸਤਿਗੁਰੂ ਛੋਟੇ-ਛੋਟੇ ਤੋਂ ਜਥੇ ਬਣਾ ਕੇ ਨਿੱਕੇ 6 ਸਾਲ ਦੀ ਉਮਰ ਦੀ ਲੱਗੇ ਸਾਂ ਨੇ ਕੰਮ ਕਰਤਾ ਤਾਂ ਕਿ ਮਾਨਸਿਕ ਗੁਲਾਮੀ ਵਿੱਚੋਂ ਕੱਢਿਆ ਜਾ ਸਕੇ ਹੁਣ ਮੇਰੇ ਪਾਤਸ਼ਾਹ ਨੇ ਸਿੱਖਾਂ ਦੇ ਦੋ ਜਥੇ ਬਣਾਦਿਆਂ ਜਥੇ ਬਣਾ ਕੇ ਇੱਕ ਨੇ ਦੂਜੇ ਉੱਤੇ ਹਮਲਾ ਕਰਨਾ ਹੈ ਤੇ ਉਸ ਕਿਲੇ ਨੂੰ ਬਚਾਉਣਾ ਹੈ ਤੇ ਆਪਣੀ ਇਫਾਜ਼ਤ ਕਰਨੀ ਹੈ ਤੇ ਦੁਸ਼ਮਣ ਨੂੰ ਭਜਾਉਣਾ ਹੈ ਫਿਰ ਅਗਲੀ ਵਾਰੀ ਉਹ ਦੂਜਾ ਜਥਾ ਇੱਥੇ ਆ ਜਾਏਗਾ ਤੇ ਇਹ ਬਾਹਰੋਂ ਹਮਲਾਵਰ ਬਣ ਕੇ ਆਏਗਾ ਇਤਿਹਾਦਕ ਹਰ ਤਰ੍ਹਾਂ ਦਾ ਉਹਨਾਂ ਨੂੰ ਪੱਖ ਉਹਨਾਂ ਨੂੰ ਨੁਕਤੇ ਸਿਖਾਉਂਦੇ ਆਂ ਜੰਗੀ ਨੁਕਤੇ ਸਿਖਾਉਂਦੇ ਆਂ ਸਤਗੁਰੂ ਜੀ ਨੇ ਕੋਲਾ ਮਹੱਲਾ ਸ਼ੁਰੂ ਕੀਤਾ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਔਰ ਇਹ ਕਈ ਕਈ ਦਿਨ ਚੱਲਦਾ ਹੁੰਦਾ ਸੀ ਉਦੋਂ ਜੁਸ਼ੀਲੇ ਢਾਡੀ ਬਾਰਾਂ ਹੋਣੀਆਂ ਕਥਾ ਦਰਬਾਰ ਹੋਣੇ ਕੀਰਤਨ ਦਰਬਾਰ ਹੋਣੇ ਹਰ ਗੱਲ ਤੋਂ ਸਿੱਖ ਨੂੰ ਚੰਗੀ ਤਰ੍ਹਾਂ ਜਾਣੂ ਕੀਤਾ ਜਾਂਦਾ ਸੀ ਇਹ ਮਾਨਸਿਕ ਗੁਲਾਮੀ ਵਿੱਚੋਂ ਕੱਢਣ ਵਾਸਤੇ ਦਾਤਾ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਖੋਲਾ ਮਹਾਨਾ ਸ਼ਰੂ ਕੀਤਾ ਸੀ ਜਿਹੜਾ ਅੱਜ ਤੱਕ ਨਿਰੰਤਰ ਜਾਰੀ ਹੈ ਇਹ ਗੱਲ ਵੱਖਰੀ ਭਈ ਉਹਦੇ ਵਿੱਚਲਾ ਸੱਚ ਅਸੀਂ ਫਿਰ ਦੁਬਾਰੇ ਪੜ੍ਹਦੇ ਜਾ ਰਹੇ ਹਾਂ ਇੱਕ ਬਹੁਤ ਵੱਡਾ ਸੁਨੇਹਾ ਸੀ ਭਈ ਮੈਂ ਅੱਜ ਆਪਣੇ ਜੀਵਨ ਵਿੱਚ ਇਸ ਗੱਲ ਨੂੰ ਧਾਰਨ ਕਰਕੇ ਜਾਣਾ ਹੈ ਅਗਲਾ ਪੰਨਾ ਸ਼ੁਰੂ ਕਰਨਾ ਚਾਹੁੰਦਾ ਜਿਨ੍ਹਾਂ ਲੋਕਾਂ ਨੇ ਅਨੰਦਪੁਰ ਸਾਹਿਬ ਨੂੰ ਉਜਾੜਨਾ ਚਾਹਿਆ ਸੀ ਉਹਨਾਂ ਦੇ ਦਿਲਾਂ 'ਚ ਈਰਖਾ ਦੀਆਂ ਸੂਲਾਂ ਚੁਕਦੀਆਂ ਨੇ ਈਰਖਾ ਦੇ ਤੀਰ ਵੱਜਦੇ ਨੇ ਅਨੰਦਪੁਰ ਸਾਹਿਬ ਤਾਂ ਐਸਾ ਬਣ ਗਿਆ ਇਨੇ ਆਪ ਤੱਕ ਕੀ ਉਜੜਨਾ ਸੀ ਬਲਕਿ ਉਜੜਿਆ ਨੂੰ ਬਚਾਉਣ ਦਾ ਵਸੀਲਾ ਬਣ ਗਿਆ ਕੋਈ ਕਵੀ ਹੋਵੇ ਕੋਈ ਕਲਾਕਾਰ ਹੋਵੇ ਕੋਈ ਰਾਜਾ ਹੋਵੇ ਕੋਈ ਅਮੀਰ ਹੋਵੇ ਉਹ ਆਨੰਦ ਪਰਸੇਵ ਦੀ ਧਰਤੀ ਤੇ ਆ ਜਾਂਦਾ ਤੇ ਗੁਰੂਆਂ ਦੇ ਕੋਲੋਂ ਆਪਣੇ ਮਨ ਮਰਜ਼ੀ ਦੇ ਜਿਸ ਤਰ੍ਹਾਂ ਜਿਸ ਤਰ੍ਹਾਂ ਦੇ ਕਿਸੇ ਦੇ ਅੰਦਰਲੇ ਸਵਾਲ ਹੁੰਦੇ ਨੇ ਉਹ ਗੁਰੂ ਸਾਹਿਬ ਕੋਲ ਬਖਸ਼ਿਸ਼ਾਂ ਲੈ ਕੇ ਜਿਵੇਂ ਜਿਵੇਂ ਦੇ ਵੀ ਦੁਖੜੇ ਨੇ ਉਹਨਾਂ ਦੇ ਹੱਥ ਸਤਿਗੁਰੂ ਕੋਲ ਲੈ ਕੇ ਜਾਂਦੇ ਹੁਣ ਇਸ ਗੱਲ ਨੇ ਜਿਹੜੇ ਅੱਜ ਤੱਕ ਗੁਲਾਮੀਆਂ ਭੋਗ ਰਹੇ ਸ਼ਣ ਉਹਨਾਂ ਦੇ ਅੰਦਰ ਇੱਕ ਈਰਖਾ ਪੈਦਾ ਕਰ ਦਿੱਤੀ ਸਾਡੇ ਕੋਲ ਫੌਜਾਂ ਨੇ ਰਾਜ ਨੇ ਤਖਤ ਨੇ ਪਰ ਇਹੋ ਜੀ ਨਿਰਪੈਤਾ ਇਹੋ ਜਹੀ ਸੱਚੀ ਵਡਿਆਈ ਇਹੋ ਜਹੀ ਉਪਮਾ ਇਹੋ ਜਿਹੇ ਲੋਕਾਂ ਦੇ ਦੁੱਖ ਵੰਡਾਉਣ ਦੀ ਗੱਲ ਉਹ ਸਾਡੇ ਕੋਲ ਨਹੀਂ ਹੈ ਯਾਦ ਰੱਖਿਓ ਈਰਖਾ ਵਦੀ ਆਪਣੇ ਆਪ ਨੂੰ ਸੁਧਾਰਨ ਦੀ بجائے ਉਹ ਚੱਲਦੇ ਕੰਮਾਂ 'ਚ ਲਾਤ ਡਾਉਣ ਦੀ ਸ਼ੁਰੂਆਤ ਕਰ ਦਿੰਦਾ ਹੈ ਮੇ ਭੀਮ ਚੰਦ ਦੇ ਮਨ ਵਿੱਚ ਇੱਕ ਬੜਾ ਵੱਡਾ ਦਰਦ ਹੈ ਕਹਿਲੂਰ ਦਾ ਰਾਜ ਹੈ ਇਹ ਜਿਹੜੀਆਂ 22 ਧਾਰ ਦੇ ਰਾਜੇ ਸਨ ਉਹਨਾਂ ਵਿੱਚੋਂ ਸਭ ਤੋਂ ਵੱਡਾ ਰਾਜ ਹੈ ਧਾਰ ਦਾ ਮਤਲਬ ਹੁੰਦਾ ਹੈ ਜਿਹੜਾ ਉੱਪਰੋਂ ਪਾਣੀ ਵਹਿੰਦਾ ਹੈ ਤੇ ਪਾਣੀ ਦੇ ਵਹਿਣ ਤੋਂ ਫਿਰ ਅੱਗੇ ਜਾ ਕੇ ਜਿੱਥੇ ਪਾਣੀ ਦਾ ਵਹਿਣ ਹੋਰ ਵਹਿੰਦਾ ਉਹਦੇ ਵਿਚਲੇ ਇਲਾਕੇ ਦੇ ਵਿੱਚ ਇੱਕ ਰਾਜਾ ਹੋਇਆ ਕਰਦਾ ਸੀ ਇਹ ਇਧਰਲੇ ਪਾਸੇ ਜੰਮੂ ਕਸ਼ਮੀਰ ਸ਼੍ਰੀਨਗਰ ਤੋਂ ਲੈ ਕੇ ਘੁੰਮ ਕੇ ਆ ਕੇ ਇਧਰ Shimla ਵਾਲੇ ਪਾਸੇ ਨੂੰ ਜਿੰਨੀ ਪਹਾੜੀ ਬੈਲਟ ਹੈ ਸਾਰੀ ਦੇ ਉੱਤੇ ਜਿੰਨੇ ਪਾਣੀ ਦੇ ਵਹਿਣ ਸਨ ਉਹ ਉਹਨੂੰ ਧਾਰਾ ਕਹਿੰਦੇ ਸਨ ਇਹ 22 ਹਨ ਗਿਣਤੀ ਵਿੱਚ ਇਹਨੂੰ 22 ਧਾਰ ਦੇ ਰਾਜੇ ਕਹਿੰਦੇ ਸੰਸਾਰੇ ਇਨੇ ਬਾਈ ਧਰ ਦੇ ਰਾਜਿਆਂ ਵਿੱਚੋਂ ਸਭ ਤੋਂ ਜ਼ਿਆਦਾ ਵੱਡਾ ਰਾਜ ਜਿਹੜਾ ਸੀ ਉਹ ਭੀਮ ਚੰਦ ਦਾ ਹੀ ਸੀ। ਇਹਦੇ ਕੋਲ 7 ਧਾਰਾ ਸਨ। ਭੀਮ ਚੰਦ ਮੁਖੀ ਬਣਿਆ ਸੀ ਉਹਨਾਂ ਦਾ। ਤੇ ਉਹਦੇ ਮਨ ਵਿੱਚ ਜ਼ਿਆਦਾ ਤਕਲੀਫ ਸੀ ਵੀ ਰਾਜੇ ਇਹ ਸਾਰੇ ਮੈਨੂੰ ਸਲਾਮਾ ਕਰਦੇ ਨੇ ਕੋਈ ਬਾਹਰੋਂ ਆਇਆ ਰਾਜਾ ਉਹ ਪਹਿਲਾਂ ਮੇਰੇ ਕੋਲ ਆਵੇ ਮੈਂ ਉਹਨੂੰ ਸ਼ਾਹੀ ਮਹਿਮਾਨ ਮੰਗੂ ਆਪਣੇ ਕੋਲ ਰੱਖਾਂ। ਤੇ پیر ਨੂੰ ਗੁਰੂ ਗੋਬਿੰਦ ਸਿੰਘ ਕੋ ਭੇਜਾਂ ਪਹਿਲੀ ਨਮਸਕਾਰ ਮੈਨੂੰ ਕਰੇ ਪਹਿਲਾ ਸਜਦਾ ਉਹ ਮੈਨੂੰ ਕਰੇ ਪਰ ਹਨਾਨੀ ਦੀ ਗੱਲ ਉਹ ਤਾਂ ਆਕੇ ਪੁੱਛਦੇ ਨਹੀਂ ਭੀ ਮਜੰਦ ਕੌਣ ਹੈ ਇੱਥੇ ਉਹ ਤਾਂ ਗੁਰੂ ਗੋਬਿੰਦ ਸਿੰਘ ਦੇ ਚਰਨਾ ਚਾਹੁੰਦਾ ਮੁੜ ਜਾਂਦਾ ਕੀਮਤੀ ਭੇਟਾਂ ਮੈਂ ਰੱਖਦਾ ਰਤਨ ਰਾਏ ਦਾ ਤਾਂ ਥੋੜਾ ਜਿਹਾ ਜ਼ਿਕਰ ਕੀਤਾ ਇਹਨੇ ਬਹੁਤ ਆਤਮ ਕੀਮਤੀ ਭੇਟਾਂ ਮੈਂ ਰੱਖੀਆਂ ਸਨ ਚਲੋ ਆ ਵੀ ਰੱਖਿਆ ਸੀ ਚਾਣਨੀ ਵੀ ਰੱਖੀ ਸੀ 19 ਗੱਲ ਦੀ भीमचंद ਨੂੰ ਤਖਲੀਪ ਹੈ ਹਾਲਾਂਕਿ ਅੱਜ ਮੈਂ ਫੇਰ ਥੋੜਾ ਜਿਹਾ ਫਿਰ ਪਿਛੋਕੜ ਬੋਲਣਾ ਚਾਹੁੰਨਾ ਭੀਮचंद ਕੀਤੇ ਹੋਏ ਪਰਉਪਕਾਰ ਨੂੰ ਭੁੱਲ ਗਿਆ ਉਹਨੂੰ ਤਾਂ ਆਨੰਦਪੁਰ ਸਾਹਿਬ ਦੀ ਧਰਤੀ ਦਾ ਕਰਜ਼ਦਾਰ ਹੋਣਾ ਚਾਹੀਦਾ ਸੀ ਭੀਮचंद ਦਾ ਪਿਓ ਹੈ ਦੀਪਚੰਦ ਦੀਪਚੰਦ ਦਾ ਪਿਓ ਹੈ ਤਾਰਾਚੰਦ ਭੀਮचंद ਦਾ ਦਾਦਾ ਤਾਰਾਚੰਦ ਉਹਨੂੰ ਗੁਰੂ ਹਰਕੋਬਿੰਦ ਸਾਹਿਬ ਰਾਜੀ ਨੇ ਭੀਮ ਚੰਦ ਦਾ ਦਾਦਾ ਹੈ ਤਾਰਾ ਚੰਦ ਤਾਰਾ ਚੰਦ ਨੂੰ ਗੁਰੂ ਹਰਕੋਬਿੰਦ ਸਾਹਿਬ ਜੀ ਹਰਕੋਬਿੰਦ ਸਾਹਿਬ ਸੱਚੇ ਬਾਦਸ਼ਾਹ ਨੇ ਗੋਆਲਿਆਰ ਦੇ ਕਿਲੇ ਵਿੱਚੋਂ ਮੌਤ ਦੇ ਮੂੰਹ ਚੋਂ ਕੱਢ ਕੇ ਜ਼ਿੰਦਗੀ ਦਿੱਤੀ ਸੀ ਤਾਰਾ ਚੰਦ ਦਾ ਪੋਤਾ ਭੀਮ ਚੰਦ ਕੀ ਕਰ ਰਿਹਾ ਗੁਰੂ ਘਰ ਨਾਲ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਾ ਗੁਰੂ ਗੋਬਿੰਦ ਰਾਏ ਕੀ ਕਰ ਰਿਹਾ ਸੰਸਾਰ ਦੇ ਨਾਲ ਤੁਹਾਡੇ ਸਾਹਮਣੇ ਹੁਣ ਭੀਮਚੰਦ ਦੇ ਮਨ ਵਿੱਚ ਇਹ ਇਰਖ ਹੈ ਉਹਨ ਇੱਕ ਕੋਸ਼ਿਸ਼ ਕੀਤੀ ਇਹਨਾਂ ਦਿਨਾਂ ਵਿੱਚ ਇਹ ਰਾਜੇ ਦਾ ਜ਼ਿਕਰ ਅੱਗੇ ਵੀ ਆਏਗਾ ਨਾ ਦਾ ਇੱਕ ਨਾਹਨ ਦਾ ਰਾਜਾ ਮੇਦਨੀ ਪ੍ਰਕਾਸ਼ ਇੱਕ ਗੜਵਾਲ ਦਾ ਰਾਜਾ ਫਤੇਸ਼ਾ ਇਹ ਵੀ ਬਾਈਟਾਰ ਦੇ ਰਾਜਿਆਂ ਵਿੱਚ ਹੀ ਹੈ ਗੜਵਾਲ ਦੇ ਰਾਜਾ ਫਤੇਸ਼ਾ ਦੀ ਲੜਕੀ ਦਾ ਰਿਸ਼ਤਾ ਭੀਮ ਚੰਦ ਦੇ بیٹے ਅਜਮੇਰ ਚੰਦ ਨੂੰ ਹੋ ਗਿਆ ਹਜੇ ਰਿਸ਼ਤਾ ਹੋਇਆ ਹੁਣ ਭੀਮ ਚੰਦ ਦੇ ਮਨ ਵਿੱਚ ਮੈਲ ਉਨੇ ਇਸ ਮੈਲ ਦੇ ਲਈ ਇੱਕ ਉਪਰਾਲਾ ਕੀਤਾ। ਉਹਨੇ ਕਪਣਾ ਵਜ਼ੀਰ ਬੜਾ ਵਫਾਦਾਰ ਸੀ ਉਹਦਾ। ਉਹਦਾ ਨਾਮ ਪਰਮਨੰਦ ਹੈ ਪਰ ਇਤਿਹਾਸ ਵਿੱਚ ਉਹਦੇ ਕਾਰਨਾਮੇ ਕਰਕੇ ਉਹਦੇ ਬਹੁਤਾਂ ਵਧੀਆ ਕਿਰਦਾਰ ਨਾਲ ਹੁਣ ਕਰਕੇ ਪੰਮਾ ਕਹ ਕੇ ਹੀ ਉਹਨੂੰ ਬੁਲਾਉਂਦੇ ਨੇ। ਉਸ ਪੰਮੇ ਨੂੰ ਭੇਜਿਆ ਔਸ ਨੂੰ ਭੇਜਿਆ ਵੀ ਜਾ ਕੇ ਗੋਬਿੰਦ ਰਾਏ ਨੂੰ ਇੱਕ ਹੈ ਪੀਪੀ ਮੈਂ ਚੰਦ ਦੇ بیٹے ਦੀ ਮੰਗਣੀ ਹੈ ਇਹੋ ਜੇ ਵੇਲੇ ਰਾਧੇ ਆਪਣੀ ਸ਼ਾਨੋ ਸ਼ੌਕਤ ਦਾ ਪ੍ਰਗਟਾਵਾ ਕਰਦੇ ਨੇ ਮੈਂ ਚਾਹਣਾ ਤੁਹਾਡੇ ਕੋਲ ਜਿਹੜੀ ਕੀਮਤੀ ਚਾਨਣੀ ਹੈ 5 ਕਲਾਖ ਤਿਆਰ ਹੈ ਪ੍ਰਸ਼ਾਦੀ ਹਾਥੀ ਹੈ ਇਹ ਜਿੰਨੀਆਂ ਵੀ ਸੁਗਾਤਾ ਨੇ ਤੁਹਾਡੇ ਕੋਲ ਇਹ ਦਰਵੇਸ਼ਾਂ ਦੇ ਕਿਸ ਕੰਮ ਇਹ ਮੈਨੂੰ ਦਿਓ ਮੈਂ ਕੁਝ ਦਿਨ ਆਪਣੀ ਜਾਹੋ ਜਲਾਲ ਦਾ ਪ੍ਰਕਟਾਵਾ ਕਰ ਸਕਾ ਮੇਰੇ ਬੇਟੇ ਦੀ ਮੰਗਣੀ ਮਨ ਵਿੱਚ ਵਿਚਾਰਿਆ ਵੀ ਇੱਕ ਵਾਰੀ ਉਹ ਦਾਤਾ ਮੈਂ ਲੈ ਆਵਾਂ ਫਿਰ ਮੈਂ ਮੋੜਨੀਆਂ ਨਹੀਂ ਜਦੋਂ ਪਰਮਾਨੰਦ ਨੇ ਆ ਕੇ ਗੁਰੂ ਗੋਬਿੰਦ ਸਿੰਘ ਦੇ ਦਰਬਾਰ 'ਚ ਬੇਨਤੀ ਕੀਤੀ ਸਤਿਗੁਰੂ ਬੜੇ ਮੁਸਕਰਾਏ ਕਹਿਣ ਲੱਗੇ ਪਰਮਾਨੰਦ ਜੀ ਤਸੀਹ ਆਇਓ ਜੀ ਐਨ ਪ੍ਰਸ਼ਾਦਾ ਪਾਣੀ ਸਕੋ ਹੋਰ ਕੋਈ ਸੇਵਾ ਦੱਸੋ ਪਰ ਤੁਸੀਂ ਭੀਮਚੰਦ ਨੂੰ ਜਾ ਕੇ ਮੇਰਾ ਇੱਕ ਸਨੇਹਾ ਦੇਣਾ ਹੈ ਆਏ ਮਾਨਸਿਕਾ ਜਾਦੀ ਮੇਰਾ ਜਾ ਕੇ ਇੱਕ ਸਨੇਹਾ ਦੇਣਾ ਹੈ ਭੀਮਚੰਦ ਨੂੰ ਕਹਿਣਾ ਭੀਜੇ ਕੋਈ ਇਮਾਨਦਾਰੀ ਨਾਲ ਮੰਗੇ ਮੈਂ ਤਾਂ ਆਪਣਾ ਪਿਤਾ ਵੀ ਸ਼ਹਾਦਤ ਲਈ ਤੋਰ ਦੇ ਨਾ ਇਹ ਤਾਂ ਦਾਤਾ ਕੁਝ ਵੀ ਨਹੀਂ ਸੀ ਇਹ ਕਿੱਡੀ ਕਬੱਡੀ ਗਲਤੀ ਸੀ ਕਮਲਿਆ ਪਰ ਜਿਸ ਢੰਗ ਨਾਲ ਬੇਈਮਾਨਿਆ ਨਾਲ ਤੂੰ ਮੰਗ ਰਿਹਾ ਨਾ ਫਿਰ ਸਾਨੂੰ ਗੁਰਬਾਣੀ ਸਿਖਾਉਂਦੀ ਐ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਾ ਇਹ ਮਾਇਆ ਮੋਣੀ ਜਿਨੇਤ ਭਰਮ ਪੁਲਾਇਆ ਮਾਇ ਤਾਂ ਮੋਣੀ ਤਨੇ ਕੀਤੀ ਜਿੰਟ ਕੋਲੀ ਪਾਇਆ ਕੁਰਬਾਨ ਕੀਤਾ ਤਿਸੇ ਬਿੱਟੂ ਜਨਮੋ ਮੀਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ ਇਹ ਤੂੰ ਚਲਾਕੀਆਂ ਕਰਨਾ ਫਿਰ ਕੁਝ ਨਹੀਂ ਮਿਲਣਾ ਇਹ ਦਾਤਾਂ ਪੇਟਾ ਮਾ ਨੇ ਕਿਸੇ ਦੀਆਂ ਗੁਰੂ ਦਰਬਾਰ ਚੋਂ ਪੇਟਾ ਕਰਕੇ ਗਿਆ ਪਿਆਰ ਨਾ ਪਿਆਰ ਨਾ ਮਿਲੀਆਂ ਦਾਤਾਂ ਨੂੰ ਅੱਕੇ ਕਸ਼ਨ ਨਹੀਂ ਦਿੱਤਾ ਜਾ ਸਕਦਾ ਪੀਮ ਚੰਦ ਨੂੰ ਨਹੀਂ ਮਿਲਦੀ ਹੁਣ ਜਦੋਂ ਜਾ ਕੇ ਇਹ ਗੱਲ ਪੀਮ ਚੰਦ ਨੂੰ ਦੱਸੀ ਪਰਮਾਨੰਦ ਨੇ ਉਹਦੇ ਅੰਦਰ ਵਿੱਚ ਪੈਦਾ ਹੋਈ ਈਰਖਾ ਨੇ ਭੰਬੜ ਦਾ ਰੂਪ ਲੈ ਲਿਆ ਬਹੁਤ ਕਰੋਧ ਜਗ ਗਿਆ ਮਨ ਵਿੱਚ ਬਹੁਤ ਜ਼ਿਆਦਾ ਹੰਕਾਰ ਜਾਗ ਗਿਆ ਇੱਕ ਦਰवेश ਦੇ ਦਰ ਤੋਂ ਐਡੇ ਵੱਡੇ ਰਾਜੇ ਲਈ ਇਹ ਜਵਾਬ ਹੋਵੇ ਪਹਿਲੀ ਗਲਤੀ ਰਾਜਾ ਮੰਗਤਾ ਹੀ ਨਹੀਂ ਹੁੰਦਾ ਪਰ ਜੇ ਮੈਂ ਮੰਗਣ ਭੇਜਿਆ ਵੀ ਸੀ ਤੇ ਫਿਰ ਉਹਦਾ ਜਵਾਬ ਮੈਨੂੰ ਆ ਜੇ ਉਹਨਾਂ ਤੇ ਅਈਦਾ ਸੀ ਵੀ ਉਹ ਬੜੇ ਪਿਆਰ ਨਾਲ ਦਾਤਾਂ ਭੇਜ ਕੇ ਕਿਸੇ ਨੁਮਾਇंदे ਨੂੰ ਵੀ ਨਾਲ ਭੇਜਦੇ ਪਰ ਐਸਾ ਨਹੀਂ ਹੋਇਆ ਹੁਣ ਉਹ ਈਰਖਾ ਦੀ ਅੱਗ ਵਿੱਚ ਆਪਣੇ ਮਨ ਵਿੱਚ ਦਿਨ ਰਾਤ ਸੜਨ ਲੱਗ ਪਿਆ ਇਹਨੂੰ ਗੱਲ ਨੂੰ ਇੱਥੇ ਛੱਡਦੇ ਹਾਂ ਥੋੜਾ ਜਿਹਾ ਪੱਖ ਦੂਜਾ ਵਿਚਾਰਨਾ ਪੈਣਾ ਜਿਹੜੇ ਦੋ ਰਾਜਿਆਂ ਦਾ ਜ਼ਿਕਰ ਮੈਂ ਹੁਣੇ ਕੀਤਾ ਸੀ ਮੇਤਨੀ ਪ੍ਰਕਾਸ਼ ਇਹ ਨਾਹਨ ਦਾ ਰਾਜਾ ਹੈ ਇਧਰ ਪਾਸੇ ਗੜਵਾਲ ਦਾ ਰਾਜਾ ਹੈ ਫਤੇਸ਼ਾ ਫਤੇਸ਼ਾ ਚੰਚਲ ਬਿਰਤੀ ਹੈ ਚਲਾਕ ਬਿਰਤੀ ਦਾ ਹੈ ਇਹ ਥੋੜੇ ਜੇ ਸਮੇਂ ਬਾਅਦ ਕੁਛ ਨਾ ਕੁਛ ਬਹਾਨਾ ਬਣਾ ਕੇ ਮੇਤਨੀ ਪ੍ਰਕਾਸ਼ ਤੇ ਰਾਜ ਦੀ ਕੁਛ ਨਾ ਕੁਛ ਜ਼ਮੀਨ ਜਾਇਦਾਦ ਨਾ ਲੈ ਲੈਂਦਾ ਮੇਦਨੀ ਪ੍ਰਕਾਸ਼ ਥੋੜਾ ਜਿਆਦਾ ਦਰবেশ ਵਰਤੀ ਦਾ ਬੰਦਾ ਹੈ। ਗੁਰੂ ਘਰ ਬਨੂ ਦਾ ਚੁਕਾ ਹੈ। ਇਹ ਇਨਸਾਨੀਅਤ ਦੀ ਕਦਰ ਕਰਦਾ ਹੈ। ਹੁਣ ਜਦੋਂ ਬਾਰ ਬਾਰ ਐਸਾ ਹੋਇਆ ਮੇਦਨੀ ਪ੍ਰਕਾਸ਼ ਨੇ ਗੁਰੂ ਗੋਬਿੰਦ ਰਾਏ ਜੀ ਕੋਲ ਸਨੇਹਾ ਪੇਜਿਆ। ਸਤਗੁਰੂ ਜੀ ਗੁਰੂ ਘਰ ਦੀ ਇਹ ਰੀਤ ਹੈ ਵੀ ਉਹ ਰਾਜੇ ਮਹਾਰਾਜਿਆਂ ਦੀ ਸੁੱਲਾ ਸਫਾਈਆਂ ਕਰਾ ਕੇ ਫੌਜਾਂ ਦੇ ਕਿਸੇ ਮਾਮਾ ਦੇ ਡੁੱਲਦੇ ਖੂਨ ਨੂੰ ਬਚਾ ਲੈਂਦੇ ਨੇ ਤੇ ਸਾਡੀ ਵੀ ਬੇਨਤੀ ਹੈ ਤੁਸੀਂ ਕਿਤੇ ਆ ਕੇ ਸਾਡਾ ਇਹ ਮਸਲਾ ਹੱਲ ਕਰ ਦਿਓ ਸ਼ੁਕਰਗੁਜ਼ਾਰ ਹੋਵਾਂਗੇ ਮੈਨੂੰ ਤੁਹਾਡੇ ਦਰਤੇ ਬੜਾ ਆਸਰਾ ਹੈ ਦਾਤਾਰ ਛਤਕੁਰ ਜੀ ਨੇ ਗੱਲ ਸੁਣੀ ਸੁਣ ਕੇ ਛਤਕੁਰ ਜੀ ਨੇ ਥੋੜੇ ਦਿਨਾਂ ਵਿੱਚ ਹੀ ਤਿਆਰੀ ਕਰਕੇ ਮੇਦਨੀ ਪ੍ਰਕਾਸ਼ਕੁਣ ਨਾਹਨ ਪਹੁੰਚ ਗਏ ਸਾਰੀ ਗੱਲਬਾਤ ਕੀਤੀ ਦੋਨੇ ਰਾਜਿਆਂ ਨੂੰ ਬਿਠਾ ਕੇ ਸੁਲਾ ਸਫਾਈ ਕਰਵਾਈ ਫਤਿਹ ਸ਼ਾਦੇ ਉੱਤੇ ਵੀ ਅਸਰ ਹੋਇਆ ਉਹਨੇ ਉਹਦੀ ਦੱਬੀ ਹੋਈ ਜ਼ਮੀਨ ਜਾਇਦਾਦ ਵੀ ਵਾਪਸ ਕੀਤੀ ਅਤੇ ਅੱਗੇ ਵਾਸਤੇ ਇਹੋ ਜਿਹੇ ਝਗੜੇ ਕਰਨ ਦੀ ਬਜਾਏ ਸੌਲਾ ਸਫਾਈ ਨਾਲ ਰਹਿਣਾ ਪਸੰਦ ਕੀਤਾ ਵਾਅਦਾ ਕੀਤਾ ਹੁਣ ਮੇਧ ਨਹੀਂ ਪ੍ਰਕਾਸ਼ ਬੜਾ ਸ਼ੁਕਰਗੁਜ਼ਾਰ ਸੀ ਵੀ ਇਹ ਬਿਨਾ ਖੂਨ ਡੋਲਿਆਂ ਬਿਨਾ ਉਜਾੜਾ ਕੀਤੇ ਸਾਡਾ ਵੱਡਾ ਵੱਡਾ ਮਸਲਾ ਹੱਲ ਹੋ ਗਿਆ ਉਹਨੇ ਗੁਰੂ ਚਰਨਾਮੱਥਾ ਤੇ ਕੀ ਅਰਜ਼ੀ guzari ਕਹਿਣ ਲੱਗੇ ਪਾਤਸ਼ਾਹ ਜਦ ਤੁਹਾਡੇ ਵਰਗੇ ਗੁਰੂਆਂ ਦੇ ਮੁਬਾਰਕ ਚਰਨ ਪੈਂਦੇ ਨੇ ਉਦੋਂ ਕਲਾ ਕਲੇਸ਼ ਖਤਮ ਹੋ ਜਾਂਦੇ ਨੇ ਮੈਂ ਚਾਹੁੰਨਾ ਭਵਿੱਖ ਵੀ ਸਾਡਾ ਇਤਨਾ ਵਧੀਆ ਬਣ ਜਾਏ ਤੁਸੀਂ ਕਿਰਪਾ ਕਰੋ ਇਧਰ ਇੱਕ ਨਗਰ ਬਸਾ ਲਓ ਪਹਿਲੇ ਗੁਰੂ ਵੀ ਬਸਾਉਂਦੇ ਰਹੇ ਨੇ ਨਗਰ ਬਸਾਓਗੇ ਤੁਹਾਡਾ ਆਉਣਾ ਜਾਣਾ ਬਣਿਆ ਰਹੇਗਾ ਸਾਨੂੰ ਤੁਹਾਡੇ ਬੋਲਾਂ ਵਿੱਚੋਂ ਸਮੱਤ ਮਿਲੇਗੀ ਅਸੀਂ ਚੰਗੇ ਢੰਗ ਦਾ ਰਾਜ ਪ੍ਰਬੰਧ ਕਰ ਸਕਾਂਗੇ ਗੁਰੂ ਸਾਹਿਬ ਨੇ ਹਾਮੀ ਭਰੀ ਚੰਗੀ ਲੱਗੀ ਗੱਲ ਹਜ਼ੂਰ ਸੱਚੇ ਪਾਕ ਸਾਹਿਬ ਨੇ ਹਾਮੀ ਭਰੀ ਅਪ੍ਰੈਲ ਦੇ ਮਹੀਨੇ ਦਾਤਾਰ ਸਤਿਗੁਰੂ ਜੀ ਨੇ ਯਾਦ ਰੱਖੇ ਜੇ 1685 ਦੇ ਵਿੱਚ ਪੌਂਟਸ ਸਾਹਿਬ ਦੀ ਨਗਰੀ ਦੀ ਸ਼ੁਰੂਆਤ ਕੀਤੀ ਨਹੀਂ ਰੱਖੀ ਇਹ ਜਮਨਾ ਦੇ ਕਿਨਾਰੇ ਹੈ ਯਾਦ ਰੱਖੇ ਜੇ ਇਹ ਫਤੇ ਸ਼ਾਹ ਦਾ ਤੇ ਮੇਦਨੀ ਪ੍ਰਕਾਸ਼ ਦਾ ਰਾਜ ਵੀ ਜਮਨਾ ਦੇ ਇੱਕ ਦੱਪ ਇਧਰਲੇ ਕੰਢੇ ਇੱਕ ਦੱਪ ਇਧਰਲੇ ਕੰਢੇ ਵਿਚਕਾਰ ਜਮਨਾ ਪੈਂਦੀ ਸੀ ਹੁਣ ਨਾਹਨ ਵਾਲੇ ਪਾਸੇ ਗੁਰੂ ਕੋਪਿੰਦਰ ਰਾਏ ਜੀ ਨੇ ਫਤੇ ਸ਼ਾਹ ਦੇ ਕਹਿਣ ਤੇ ਤੇ ਕਲਾ ਕਲੇਸ਼ ਮਟਾਉਣ ਵਾਸਤੇ ਇੱਕ ਠਿਕਾਣਾ ਗਰ ਵਸਾਇਆ ਪੌਂਟਸ ਉਹਦੇ ਵਿੱਚ ਕੁਝ ਸਮਾਂ ਗੁਰੂ ਜੀ ਇੱਥੇ ਰੁਕੇ ਇੱਥੇ ਬਹੁਤ ਕੁਝ ਵਰਤਦਾ ਤੇ ਯਾਦ ਰੱਖਿਓ ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਸਾਂ ਹੁਣ ਜਿਹੜਾ ਇਹ ਇਧਰਲੇ ਪਾਸੇ ਨਾ ਹਨ ਹੈ ਮੇਧਨੀ ਪ੍ਰਕਾਸ਼ ਦਾ ਰਾਜ ਹੈ ਤੇ ਇਧਰਲੇ ਪਾਸੇ ਪੌਂਟਾ ਸਾਹਿਬ ਹੈ ਵਿਚਾਰ ਜਮਣਾ ਹੈ ਅੱਗੇ ਜਾ ਕੇ ਕੜਵਾਲ ਰਾਜ ਹੈ ਫਤਿਹ ਸ਼ਾਹ ਦਾ ਰਾਜ ਹੈ ਹੁਣ ਏ ਦੀ ਬੇਟੀ ਨੂੰ ਇੱਥੋਂ ਭੀਮਚੰਦ ਨੇ ਵਿਆਹਣ ਜਾਣਾ ਤੇ ਉਹਨੇ ਇੱਥੋਂ ਦੀ ਲੰਘ ਕੇ ਜਾਣਾ ਜਿੱਥੇ ਉਹ ਲੰਘਿਆ ਜਾਂਦਾ ਜਮਨਾ ਨੂੰ ਉੱਥੇ ਪੌਟਾ ਸਾਹਿਬ ਹੈ ਹੁਣ ਭੀਮਚੰਦ ਦੇ بیٹے ਦੀ ਸ਼ਾਦੀ ਰੱਖ ਦਿੱਤੀ ਗਈ ਭੀਮਚੰਦ ਨੂੰ ਪਤਾ ਹੈ ਭੀਮਚੰਦ ਨੂੰ ਪਤਾ ਹੈ ਭਈ ਗੁਰੂ ਜੀ ਇੱਥੇ ਪੌਟਾ ਸਾਹਿਬ ਨੇ ਹੁਣ ਇਹ ਨਹੀਂ ਇੱਕ ਵਿਚਾਰ ਬਣਾਈ ਵੀ ਮੈਂ ਆਪਣੀ ਜਿਹੜੀ ਅੱਜ ਤੱਕ ਗੱਲ ਪੂਰੀ ਨਹੀਂ ਕਰ ਸਕਿਆ ਹੁਣ ਕਰ ਲਾਂਗਾ ਉਹ ਕੀ ਹੈ ਕਿ ਮੈਂ ਬਰਾਤ ਦੇ ਬਹਾਨੇ ਬਹੁਤ ਸਾਰੇ ਰਾਜੇ ਤੇ ਉਹਨਾਂ ਦੀਆਂ ਫੌਜਾਂ ਲੈ ਚੱਲਾਂ ਨਾਲੇ ਭਾਰ ਵੀ ਲੜਕੀ ਵਾਲਿਆਂ ਦੇ ਸਿਰ ਤੇ ਪੈਣਾ ਕਹਿੰਦਾ ਮੇਰੇ ਸਿਰ ਤੇ ਪੈਣਾ ਮੈਂ ਇਨੀ ਸਾਰੀ ਫੌਜ ਤੇ ਬਹੁਤ ਸਾਰੇ ਰਾਜੇ ਲੈ ਕੇ ਜਾਮਾ ਜਾਂਦਾ ਹੋਇਆ ਜਦੋਂ ਉਸ ਪੌਂਟਾ ਸਾਹਿਬ ਦੇ ਕੋਂਤੀ ਲੰਗਾ ਤੇ ਪੌਂਟਾ ਸਾਹਿਬ ਨੂੰ ਵੀ ਉਜਾੜਦਿਆਂ ਤੇ ਗੁਰੂ ਦੀ ਕਹਾਣੀ ਵੀ ਖਤਮ ਕਰਦਿਆਂ ਉਹਨੋਂ ਵਿਚਾਰ ਬਣਾਉਂਦਾ ਸਾਰੀ ਵਿਚਾਰ ਬਣਾ ਕੇ ਸਾਰੀ ਤਿਆਰੀ ਕਰਦਾ ਤੇ ਮਨ ਵਿੱਚ ਹੰਕਾਰ ਹੈ ਹੰਕਾਰ ਦੇ ਕਾਰਨ ਅੱਗੇ ਉਹ ਸਨੇਹਾ ਦਿੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਇੱਥੋਂ ਦੀ ਅਸੀਂ ਲੰਘਣਾ ਹੈ ਕਿਉਂਕਿ ਰਸਤਾ ਇਹ ਸੀ ਔਰ ਸਤਗੁਰੂ ਦਾ ਘਰ ਇਹਨੇ ਜਿਹੜਾ ਪਿਆਰੀ ਹੋ ਇੱਕ ਇੱਕ ਗੱਲ ਗੁਰੂ ਦੇ ਨਾਤੇ ਦੀ ਕਿੱਡੀ ਕਮਾਲ ਦੀ ਹੈ ਹਰ ਜੁਗ ਜੁਗ ਭਗਤੋਂ ਪਾਇਆ ਪਹਿਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇਆ ਹਉ ਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸ਼ਾ ਹਰ ਸੇਵਿਆ ਅੰਤਲੇ ਛੜਾਇਆ ਸਾਡੇ ਘਰ ਵਿੱਚ ਹੰਕਾਰੀਆਂ ਨਿੰਦਕਾਂ ਨੂੰ ਤਾਂ ਪਿੱਠ ਦੇ ਦਿੱਤੀ ਜਾਂਦੀ ਹੈ ਜੇ ਤੂੰ ਨਿਮਰਤਾ ਨਾਲੋਂਦਾ ਤੈਨੂੰ ਸ਼ਗਨ ਪਾ ਕੇ ਤੋਰ ਦੇ ਸਜਣਾ ਪਰ ਜਿਵੇਂ ਦੇ ਹੰਕਾਰ ਨਾਲ ਤੂੰ ਲੰਘਣਾ ਚਾਹੁੰਦਾ ਹੈ ਨਾ ਤੇ ਹੁਵੇ ਤੈਨੂੰ ਲੰਘਣ ਨਹੀਂ ਦੇਣਾ ਤੈਨੂੰ ਇੱਥੋਂ ਦੀ ਲੰਘਣ ਨਹੀਂ ਦੇਣਾ ਉਹਨੇ ਫਿਰ ਦੁਬਾਰੇ ਕਿਹਾ ਬਹਾਨਾ ਲਾਇਆ ਕਹਿਣ ਲੱਗੇ ਮੇਰੇ ਬੇਟੇ ਦੇ ਸ਼ਾਦੀ ਦਾ ਮਹੂਰਤ ਲੰਘ ਜਾਏਗਾ ਸਤਗੁਰੂ ਖੇਨ ਲਗੇ ਵੀ ਵਾਦਾ ਰਿਆ ਤੂੰ ਆਪਣੇ ਬੇਟੇ ਤੇ ਜਿਹੜੇ ਤੇਰੇ ਸਨੇਹੀ ਨੇ ਉਹਨਾਂ ਨੂੰ ਭੇਜ ਦੇ ਅਸੀਂ ਇੱਥੋਂ ਪਾਰ ਲੰਘਾ ਕੇ ਆਵਾਂਗੇ ਕੋਈ ਇਹਨਾਂ ਦੀ ਵਾਹ-ਵਾਲ ਨਹੀਂ ਦੇਖ ਸਕੇਗਾ ਬੇਟੀ ਤਾਂ ਸ਼ਾਦੀ ਤਾਂ ਤੇਰੇ ਬੇਟੇ ਦੀ ਹੈ ਤੇਰੀ ਤਾਂ ਨਹੀਂ ਪਰ ਤੂੰ ਨਹੀਂ ਲੰਘ ਸਕਦਾ ਇੱਥੋਂ ਦੀ ਹੁਣ ਯਾਦ ਰੱਖਿਓ ਜੇ ਉਸ ਅਜਮੇਰ ਚੰਦ ਅਤੇ ਨਾਲ ਕੁਝ ਸਨੇਹੀ ਭੇਜ ਕੇ ਉਹ ਹੁਣ ਭੀਮ ਚੰਦੇ ਇੱਥੋਂ ਦੀ ਲੰਗਦਾ ਤੇ ਆਪ ਬੜੀ ਦੂਰ ਦੀ ਘੁੰਮ ਕੇ ਆਉਂਦਾ ਮਨ ਵਿੱਚ ਸੋਚ ਇੱਕੋ ਹੀ ਹੈ ਕਿ ਜੇ ਮੈਂ ਜਾਂਦਾ ਹੋਇਆ ਜੰਗ ਨਾਲ ਨਾ ਲੜ ਸਕਿਆ ਤਾਂ ਆਉਂਦਾ ਹੋਇਆ ਲਾਜਮੀ ਲੜਨਾ ਹੁਣ ਇਹ ਪੰਗਾ ਨਹੀਂ ਦੇ ਜੁਦ ਦਾ ਮੋੜ ਬਚਣਾ ਪੀਰ ਬੁੱਧੂ ਸ਼ਾਹੀ ਵੀ ਗੱਲ ਕਰਨੀ ਹੈ ਸਮੇਂ ਨੇ ਆਪਣਾ ਪੰਧ ਮੁਕਾ ਲਿਆ ਆਪਾਂ ਇੱਥੇ ਹੀ ਸਮਾਪਤੀ ਕਰਨੇ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਦੀ ਲੜੀ ਲੈ ਕੇ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਵਾਂਗਾ ਭੁੱਲਾ ਚੁੱਕਾਂ ਦੀ ਖਿਮਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ